ተወስኗል። ሻመል ወለን ገርደራ መልክ ሳብዳ ታሪፍ ቅርባኔያ ਇਤਨੀ ਦੇਰ ਦੇ ਰਹਿਣਾ ਮਲਕ ਸਾਹਿਬ ਦੇ ਬੇਟੇ ਦੇ ਪੋਤੇ ਛੋਤੇ ਪਤੰਗਬਾਜ਼ੀ ਕਰ ਰਹੇ ਨੇ, ਜ਼ਰਾ ਉਹ ਦਿਖਾਉਂਦੇ ਹਾਂ। ਹਾਂਜੀ ਮਲਕ ਸਾਹਿਬ, ਚਾਰ ਦੋਸਤ ਹੋਰ ਇਕੱਠੇ ਹੋ ਜਾਣ ਨਾ, ਲਾਈਵ ਹੋ ਜਾਣ ਸਾਡੇ ਨਾਲ, ਫਿਰ ਜਿਹੜਾ ਨਾ ਜੀ ਸਾਨੂੰ ਸ਼ੋਅ ਕਰਵਾਉਂਦੇ ਹਾਂ ਇਨਸ਼ਾਅੱਲਾ। ਕੱਟ ਗਿਆ ਹਾਂਜੀ। ਸਭ ਦੋਸਤੋ ਕੋ ਅਸਲਾਮ ਅਲੈਕੁਮ। ਜੈਸਾ ਕਿ ਆਪਸੇ ਵਾਅਦਾ ਥਾ ਕਿ ਇਨਸ਼ਾਅੱਲਾ ਆਜ ਆਪਕੀ ਲਾਈਵ ਮੁਲਾਕਾਤ ਕਰਵਾਏਂਗੇ ਸਰਗੋਧਾ ਕੇ ਮਸ਼ਹੂਰ ਮਾਰੂਫ ਉਸਤਾਦ ਔਰ ਇੱਕ ਅਜ਼ੀਮ ਹਸਤੀ ਜਨਾਬ ਮਲਕ ਅਤੀਕ ਸਾਹਿਬ ਅਲਮਾਰੂਫ ਕੁਵੈਤ ਵਾਲੇ। ਦੋਸਤੋ ਇਹ ਤੋਂ ਵੀ ਇਨਕੀ ਜ਼ਬਾਨੀ ਸੁਣੇਗੇ ਕਿ ਇਹਨਾਂ ਨੇ ਕਿਤਨਾ ਅਰਸਾ ਕੁਵੈਤ ਮੇਂ ਸ਼ੋਅ ਕੀਆ, ਕਿਆ ਕਾਰਗਰਦਗੀ ਰਹੀ ਇਨਕੀ, ਕਿਆ ਕਿਆ ਇਨਕੇ ਰਿਜ਼ਲਟ ਆਏ, ਕੌਣ ਕੌਣ ਸੇ ਇਹਨਾਂ ਨੇ ਇਨਾਮ ਜੀਤੇ। ਤੋ ਕੁਵੈਤ ਕੇ ਬਾਅਦ ਜਬ ਇਹ ਪਾਕਿਸਤਾਨ ਆ ਕੇ ਬਾਕਾਇਦਾ ਤੌਰ ਪਰ ਇਹ ਸਰਗੋਧਾ ਕੇ ਮੇਂ ਇਹਨਾਂ ਨੇ ਰਿਹਾਇਸ਼ ਇਖਤਿਆਰ ਕਰ ਲਈ। ਸਰਗੋਧਾ ਮੇਂ ਵੀ ਇਹਨਾਂ ਨੇ ਸ਼ੋਅ ਕੋ ਜਾਰੀ ਰੱਖਾ ਹੁਆ ਹੈ। ਤੋ ਮਾਸ਼ਾਅੱਲਾ ਬੜਾ ਅੱਛਾ ਰਿਜ਼ਲਟ ਹੈ ਇਨਕਾ, ਬਹੁਤ ਅੱਛਾ ਰਿਜ਼ਲਟ ਹੈ। ਬਹੁਤ ਸਰਗੋਧਾ ਕੇ ਮਸ਼ਹੂਰ ਮਾਰੂਫ ਉਸਤਾਦ ਹਨ ਜਨਾਬ ਉਸਤਾਦ ਸਲੀਮ ਸਾਹਿਬ, ਪਹਿਲੇ ਜੀ ਉਨਕੇ ਸ਼ਾਗਿਰਦ ਥੇ, ਫਿਰ ਉਸਕੇ ਬਾਅਦ ਇਹ ਬਾਕਾਇਦਾ ਤੌਰ ਪਰ ਉਸਤਾਦ ਅਨਾਇਤੁੱਲਾ ਭੱਟੀ ਸਾਹਿਬ ਕੇ ਸ਼ਾਗਿਰਦ ਹੋ ਗਏ। ਅਭੀ ਤੱਕ ਇਹ ਉਨਕੇ ਸ਼ਾਗਿਰਦ ਹੈ, ਇਨਕੇ ਆਪਣੇ ਵੀ ਸ਼ਾਗਿਰਦ ਹੈ। ਤੋ ਉਨਕੀ ਛਤੇ ਵੀ ਮਾਸ਼ਾਅੱਲਾ ਕਾਫੀ ਅੱਛੀ ਉਹ ਕਬੂਤਰਬਾਜ਼ੀ ਹੋਤੀ ਉਨਕੀ ਛਤੋਂ ਮੇਂ ਵੀ। ਜੀ ਮਲਕ ਸਾਹਿਬ ਅਸਲਾਮ ਅਲੈਕੁਮ। ਜੀ ਮਲਕ ਸਾਹਿਬ ਕੀ ਹਾਲ ਹੈ, ਠੀਕ ਠਾਕ ਹੋ? ਅੱਛਾ ਮਲਕ ਸਾਹਿਬ, ਅਸੀਂ ਦੋਸਤਾਂ ਨਾਲ ਕੁਝ ਵਾਅਦਾ ਕੀਤਾ ਸੀ, ਆ ਉਸਤਾਦ ਮੁਦੱਸਰ ਬਹਿਰੀਨ ਵਾਲੇ ਸਾਡੇ ਨਾਲ ਲਾਈਵ ਨੇ ਜਨਾਬ ਉਸਤਾਦ ਮੁਦੱਸਰ ਸਾਹਿਬ, ਬਲਕਿ ਜਿਤਨੇ ਦੋਸਤ ਦੇਖ ਰਹੇ ਹੋ ਸਭ ਦੋਸਤਾਂ ਨੂੰ ਅਸਲਾਮ ਅਲੈਕੁਮ। ਜਿਤਨੇ ਦੋਸਤ ਸਾਡੇ ਗ੍ਰਾਮ ਛੋਟੇ ਵੱਡੇ ਅਜ਼ੀਜ਼ੋ ਸਾਰਿਆਂ ਨੂੰ ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਅਤੇ ਜੀ ਮਲਕ ਸਾਹਿਬ ਇਹ ਦੱਸੋ ਬਈ ਇਸ ਟਾਈਮ ਤੁਹਾਡੀ ਉਮਰ ਕਿਤਨੀ ਹੈ? ਬੈਠ ਜਾਣਾ ਨਾਲ ਅਜੇ ਫਿਲਹਾਲ। ਅੱਛਾ ਇਲਾਕਾ ਸੀ ਅਲਾ ਸਾਵੀ। ਅੱਛਾ ਅਲਾ ਸਾਵੀ, ਅਲਾ ਸਾਵੀ ਦੇ ਵਿੱਚ ਮੈਂ ਖੁਦ ਹੀ ਤਕਰੀਬਨ ਛੋ ਕੇ ਬੈਠ ਉੱਥੇ ਕੰਮ ਵਗੈਰਾ ਵੀ ਕਰਾਉਂਦਾ ਸਾਂ, ਸਾਰਾ ਮੇਰੀ ਸੁਪਰਵਾਈਜ਼ਰੀ ਦੇ ਵਿੱਚ ਸਾਰਾ ਕੁਝ ਹੋ ਰਿਹਾ ਸੀ। ਅੱਛਾ ਹਾਂ, ਇਨਾਮ ਵੀ ਦੇਈ ਦੀ ਸੀ, ਕੁਇਤੀ ਵੀ ਸਾਡੇ ਨਾਲ ਕਾਫੀ ਮਤਲਬ ਹੈ ਸਰ ਇਨਵਾਲਵ। ਅੱਛਾ ਉਹ ਵੀ ਇਨਾਮ ਦਿੰਦੇ ਸਰ, ਉਹ ਵੀ ਕਹਿੰਦੇ ਸਰ ਕਿ ਯਾਰ ਤੁਸੀਂ ਆਪਣੇ ਬਰਾਦਰੀ ਨੂੰ ਸ਼ੌਕ ਕਰਾਓ, ਸ਼ੌਕ ਨੂੰ ਵਧਾਓ। ਅੱਛਾ ਤੇ ਉਹ ਫਿਰ ਆਪਣੀ ਤਰਫੋਂ ਆ ਕੇ ਮੈਨੂੰ ਉਹ ਇਨਾਮ ਦਿੰਦੇ ਸਰ, ਕਹਿੰਦੇ ਤੁਸੀਂ ਆਪਣੀ ਤਰਫੋਂ ਜਿਹੜਾ ਸਾਡਾ ਨਾਂ ਲੈ ਕੇ ਆਪਣੀ ਤਰਫ ਤੁਸੀਂ ਇਹਨਾਂ ਨੂੰ ਇਨਾਮ ਦੇਣੇ ਨੇ। ਫਿਰ ਉਹ ਜਦੋਂ ਤਕਸੀਮੇ ਦਾ ਮਾਤ ਹੁੰਦੇ ਸਰ, ਉਹ ਫਿਰ ਕੁਇਤੀ ਨੂੰ ਬੁਲਾਈ ਦੇ ਸੀ, ਉਹ ਵੀ ਨਾਲ ਆਉਂਦੇ ਸਰ, ਨਾਲ ਬੈਠ ਕੇ ਸਾਰਾ ਸ਼ੌਕ ਕਰਦੇ ਸਰ। ਅੱਛਾ ਆਮ ਜਿਸ ਤਰ੍ਹਾਂ ਬੰਦੇ ਸਰ, ਇਹ ਕੋਈ ਨਹੀਂ ਸੀ ਆਕੜ ਕੇ ਅਸੀਂ ਕੁਇਤੀ ਆਈ, ਅਸੀਂ ਇਹ ਆਈ, ਅਸੀਂ ਉਹ ਨਹੀਂ। ਅੱਛਾ ਆਮ ਬੰਦੇ ਨਾਲ ਮਤਲਬ ਹੈ ਕਿ ਜਿਸ ਤਰ੍ਹਾਂ ਅਸੀਂ ਬੈਠ ਸਰ, ਨਾਲ ਆ ਕੇ ਬਹਿੰਦੇ ਸਰ, ਸਹੀ ਗੱਪ ਸ਼ੱਪ ਮਾਰਨੀ, ਆਪਣਾ ਪੁੱਛਣਾ, ਨਾ ਮੈਂ ਦੱਸੋ, ਮੈਂ ਕਿਹਾ ਯਾਰ ਇਹ ਜੇ ਤੁਹਾਡੇ ਨਾਮ ਨੇ ਇਸ ਤਰ੍ਹਾਂ ਮਤਲਬ ਫਸਟ ਸੈਕਿੰਡ ਥਰਡ ਜਾਂ ਉਸ ਤਰ੍ਹਾਂ ਕਹਿ ਸਕਦੇ, ਜਿੰਨੇ ਸ਼ੌਕੀਨ ਹਜ਼ਰਾਤ ਨੇ ਉਹਨੂੰ ਤੁਸੀਂ ਕੁਛ ਨਾ ਕੋਈ ਚੀਜ਼ ਤੋਹਫਾ ਤੋਹਫ ਕਰ ਦਿਓ। ਠੀਕ ਹੋ ਗਿਆ। ਅੱਛਾ ਮਲਕ ਸਾਹਿਬ ਇਹ ਦੱਸੋ ਵੀ ਤੁਸੀਂ ਉੱਥੇ 33 ਸਾਲ ਰਹੇ ਹੋ, ਅਤੇ ਸ਼ੌਕ ਬਾਕਾਇਦਾ ਕਿਤਨੇ ਸਾਲ ਤੁਸੀਂ ਕੀਤਾ? ਸ਼ੌਕ ਪਹਿਲੇ ਤਾਂ ਜੀ ਆ 7-8 ਸਾਲ ਜਿਹੜਾ ਨਾ ਉਹ ਸੈਟਿੰਗ 'ਚ ਹੀ ਲੱਗ ਗਿਆ ਸਰ ਨਾ ਜੀ। ਠੀਕ ਹੈ। ਸੈਟਿੰਗ ਸੈਟਿੰਗ ਅਤੇ ਸੈਟਿੰਗ ਹੋਣ ਤੋਂ ਬਾਅਦ ਫਿਰ ਮੈਂ ਇਸ ਸ਼ੌਕ ਮਤਲਬ ਹੋ ਗਿਆ ਸਰ। ਅਸੀਂ ਗਏ ਸਾਂ ਉਸ ਟਾਈਮ ਇੱਥੇ, ਉਸ ਇਹ ਕੁਇਤ ਦੇ ਸ਼ੌਕ ਕੋਈ ਨਹੀਂ ਸੀ। ਅੱਛਾ ਮਤਲਬ ਹੈ ਕਿ ਸਾਡਾ ਜ਼ਮਾਨਾ ਸੀ, ਬਹੁਤ ਘੱਟ ਵੱਧ ਕੋਈ ਬੰਦਾ ਸੁਣੀ ਸੀ ਕੋਈ ਕਬੂਤਰ ਬਾਜ਼ ਹੈ ਜਾਂ ਨਹੀਂ ਹੈ। ਠੀਕ ਹੈ। ਹਾਂ ਤੇ ਫਿਰ ਉਹ 8-9 ਸਾਲ ਤੋਂ ਬਾਅਦ ਆਸਤਾ 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 ਮਤਲਬ ਹੈ ਕਿ ਸਾਰਾ ਪਤਾ ਲੱਗਦਾ ਕਿ ਫਲਾਣੀ ਜਗ੍ਹਾ 'ਤੇ ਕਬੂਤਰ ਆਏ, ਫਲਾਣੀ ਜਗ੍ਹਾ 'ਤੇ ਆਏ। ਫਿਰ ਇੱਥੇ ਪਾਕਿਸਤਾਨ ਵੀ ਕਬੂਤਰ ਆਉਣ ਲੱਗ ਗਿਆ, ਫਿਰ ਉੱਥੇ ਮਤਲਬ ਮੰਡੀ 'ਚ ਆਉਂਦੇ ਸਨ ਕਬੂਤਰ, ਉੱਥੋਂ ਖਰੀਦ ਲਈ ਸਨ। ਇਸ ਤਰ੍ਹਾਂ ਮੈਂ ਇੱਥੇ ਪਾਕਿਸਤਾਨ ਵੀ ਕੋਈ 3-4 ਦਾ ਇੱਥੋਂ ਖਰੀਦ ਕੇ ਲੈ ਗਿਆ ਸਰ ਕਬੂਤਰ। ਸਹੀ ਹੈ। ਉੱਥੇ ਜਾ ਕੇ ਸ਼ੌਂਕ ਕਰੀ ਸੀ ਮਾਸ਼ਾਅੱਲਾ ਅਲਹਮਦੁਲਿਲਾ।
ਬੜਾ ਅੱਛੇ ਰਿਜ਼ਲਟ ਦਿੱਤੇ ਨੇ। ਮੇਰੀ ਆਪਣੀ ਜ਼ਾਤੀ ਕਿਹੜਾ ਬਰੀਦ ਹੈ ਜਿਹੜੀ, ਅੱਛਾ ਹਾਂ, ਉਹ ਮੈਂ ਉੱਥੇ ਹੀ ਬਣਾਈ ਸੀ। ਅੱਛਾ, ਉਹ ਕਿਉਂਕਿ ਕਬੂਤਰ ਹੀ ਪਕੜਿਆ ਸੀ ਅਤੇ ਮਾਦੀ ਵੀ ਪਕੜੀ ਸੀ। ਅੱਛਾ, ਪਕੜ ਕੇ ਉਹ ਜੋੜਾ ਬਣਾਇਆ। ਅੱਛਾ, ਅੱਛੇ ਬੱਚੇ ਨਿਕਲੇ ਮਾਸ਼ਾਅੱਲਾ। ਸਹੀ ਹੈ। ਅਤੇ ਉਹ ਬਿਲਕੁਲ ਛੋਟੇ ਛੋਟੇ ਆਏ ਸਨ ਅਤੇ ਉਹ ਸਾਰੇ ਦੋਸਤ ਭੈਣ ਯਾਰ ਚਿੜੇ ਜਿਹੇ ਇਹਨਾਂ ਨੇ ਕਿੱਥੇ ਉੱਡਣਾ ਹੈ। ਅਤੇ ਉਹ ਫਿਰ ਉਹਨਾਂ ਨੇ ਚਿੜੇ ਆਇਆ ਸਨ ਅਤੇ ਚਿੜੇ ਨੇ ਆਪਣਾ ਰਿਕਾਰਡ ਬਣਾਇਆ, ਕੋਇਲ ਦੇ ਵਿੱਚ ਆਪਣਾ ਆਪਣੀ ਮਨਵਾਇਆ ਕਿ ਅਸੀਂ ਉੱਡਦੇ ਹਾਂ। ਸਹੀ ਹੈ। ਅਤੇ ਉਹਦੇ ਨਾਲ ਫਿਰ ਮੈਂ ਉਹਨਾਂ ਦਾ ਚਿਹਰੇ ਬੜੀ ਰੱਖ ਲਈ ਮਾਸ਼ਾਅੱਲਾ। ਇੱਥੇ ਮੈਂ ਸਰਗੋਧੇ ਆਇਆ ਵਾਂ ਅਤੇ ਜਿੰਨੀਆਂ ਬਾਜ਼ੀਆਂ ਮੈਂ ਉੱਡਿਆ 3-4 ਉਸੇ ਬਰੀਡ 'ਚ ਮੇਰੇ ਕਬੂਤਰ ਨਾਲ ਉੱਡਦੇ ਰਹੇ ਨੇ। ਇੱਕ ਦਿਨ ਡੀਜ਼ਲ ਸੀ ਉਹ ਰਾਤੀ 7-7 ਵਜੇ ਵੀ ਬੈਠਾ ਗਏ ਇੱਥੇ, ਮਤਲਬ ਹੈ ਤੁਹਾਡੀ ਛੱਤ 'ਤੇ। ਹਾਂ, ਛੱਤ ਦੇ ਉੱਤੇ ਠੀਕ ਹੋ ਗਿਆ ਉਹ ਮਾਸ਼ਾਅੱਲਾ। ਫਿਰ ਉਹ ਮੈਂ ਤੁਹਾਨੂੰ ਪਤਾ ਬਿਮਾਰ ਹੋ ਗਿਆ, 2-3 ਸਾਲ ਸ਼ੌਕ 'ਚ ਦੂਰ ਰਿਹਾ। ਹਾਂ, ਤੁਹਾਡਾ ਐਕਸੀਡੈਂਟ ਹੋ ਗਿਆ ਜਿਸ ਵਜ੍ਹਾ ਥੋੜ੍ਹਾ ਜਿਹਾ ਸ਼ੌਕ ਤੋਂ ਦੂਰ ਹੋ ਗਿਆ, ਹੁਣ ਫਿਰ ਬਕਾਇਦਾ ਤੌਰ 'ਤੇ ਤੁਸੀਂ ਫਿਰ ਸ਼ੌਕ ਦੇ ਵਿੱਚ ਸ਼ਾਮਿਲ ਹੋ ਰਹੇ, ਇਸ ਦਫ਼ਾ ਵੀ ਤੁਸੀਂ ਇਨਸ਼ਾਅੱਲਾ ਟੂਰਨਾਮੈਂਟ ਉਡਾਓਗੇ। ਅੱਛਾ ਮਲਿਕ ਸਾਹਿਬ, ਇਹ ਦੱਸੋ ਬਈ ਜਿਤਨੇ ਟੂਰਨਾਮੈਂਟ ਉੱਥੇ ਤੁਸੀਂ ਕਰਾਏ ਨੇ, ਤੁਸੀਂ ਸ਼ੌਕ ਕੀਤਾ, ਬਾਜ਼ੀਆਂ ਵੀ ਖੇਡੀਆਂ ਨੇ ਅਤੇ ਕੁਵੈਤ ਦੇ ਵਿੱਚ, ਅਤੇ ਉੱਥੇ ਤੁਸੀਂ ਕਿੰਨੀ ਦਫ਼ਾ ਟੂਰਨਾਮੈਂਟ ਵਿਨ ਕੀਤਾ? ਪਹਿਲੇ ਦੂਜੇ ਨੰਬਰ 'ਤੇ ਆਏ ਹੋ, ਤੀਜੇ ਨੰਬਰ 'ਤੇ ਆਏ ਹੋ? ਆਪਣੇ ਇਲਾਕੇ ਦੇ ਵਿੱਚ ਤਕਰੀਬਨ ਮੇਰੀ ਫਸਟ ਸੈਕਿੰਡ ਪੋਜੀਸ਼ਨ ਹੁੰਦੀ ਹੈ ਹਰ ਸੂਰਤ, ਹਰ ਟੂਰਨਾਮੈਂਟ ਦੇ ਵਿੱਚ। ਟੂਰਨਾਮੈਂਟ ਜਿਹੜਾ ਮੈਂ ਆਪਣਾ ਟੂਰਨਾਮੈਂਟ ਕਰਾਉਂਦਾ ਉਹਦੇ ਮੇਰੀ ਉੱਚੇ ਬੋਲੋ, ਉੱਚੇ ਬੋਲੋ ਜੀ। ਅੱਛਾ, ਜਿਹੜਾ ਮੇਰਾ ਆਪਣਾ ਟੂਰਨਾਮੈਂਟ ਹੁੰਦਾ ਸੀ ਹਸਾਵੀ ਵਾਲਾ, ਉਹਦੇ ਵਿੱਚ ਮੇਰੀ ਫਸਟ ਸੈਕਿੰਡ ਪੋਜੀਸ਼ਨ ਹਮੇਸ਼ਾ ਹੁੰਦੀ ਸੀ, ਆਉਂਦੀ ਆਉਂਦੀ ਸੀ। ਹਾਂ, ਅਤੇ ਬਾਜ਼ੀਆਂ ਵੀ ਤਕਰੀਬਨ 75% ਮੈਂ ਜਿੱਤਦਾ ਸਾਂ। ਅੱਛਾ, ਵੈਰੀ ਗੁੱਡ, ਠੀਕ ਹੋ ਗਿਆ। ਅਤੇ 25 ਉੱਥੇ ਸਨ, ਪਿਆਰੇ ਹੁੰਦੇ ਸਨ ਸਾਡੇ, ਇਹ ਨਹੀਂ ਕਿ ਅਸੀਂ ਮਤਲਬ ਰੈਗੂਲਰ ਨਹੀਂ ਸਨ ਬਾਜ਼ੀ ਉਡਾਉਂਦੇ। ਅੱਛਾ, ਜਦੋਂ ਤੁਸੀਂ ਸਰਗੋਧਾ 'ਚ ਆਏ, ਬਕਾਇਦਾ ਤੌਰ 'ਤੇ ਤੁਸੀਂ ਇਹ ਜੇਠ ਦਾ ਇੱਕ ਟੂਰਨਾਮੈਂਟ ਸੀ ਗਾਲਬਨ 2010 ਦਾ ਸੀ, ਹਾਂ ਠੀਕ ਹੋ ਗਿਆ, ਉਹਦੇ ਵਿੱਚ ਤੁਸੀਂ ਇੱਕ ਮੋਟਰਸਾਈਕਲ ਬਾਈਕ ਜਿੱਤੀ ਸੀ, ਉਹ ਫਸਟ ਇਨਾਮ ਸੀ, ਸੈਕਿੰਡ ਇਨਾਮ ਸੀ, ਅਤੇ ਉਹਦੇ ਸਾਰਾ ਸਰਗੋਧਾ ਦੀ ਛੱਤਾਂ ਉੱਡ ਰਹੀਆਂ ਸਨ, ਪੂਰਾ ਸਰਗੋਧਾ, ਕੋਈ ਖਿਲਾੜੀ ਮਿਸ ਵੀ ਨਹੀਂ ਸੀ, ਅਤੇ ਟੈਂਪਰੇਚਰ ਵੀ 48-49 ਸੀ, ਕਿਉਂਕਿ ਮੇਰੀ ਛੱਤ ਖੁਦ ਵੀ ਉਦੋਂ ਉੱਡ ਰਹੀ ਸੀ ਅਤੇ ਮੈਨੂੰ ਬੜੀ ਅੱਛੀ ਤਰ੍ਹਾਂ ਯਾਦ ਹੈ, ਕਿਉਂਕਿ ਪਹਿਲੇ ਦਿਨ ਦੀ ਟਾਪ ਆਵਾਜ਼ ਵੀ ਮੇਰੀ ਸੀ 4:10, ਅਤੇ ਉਸ ਤੋਂ ਬਾਅਦ ਜਿਹੜਾ ਕਪ ਮਤਲਬ ਦੂਸਰੇ ਨੰਬਰ 'ਤੇ ਤੁਸੀਂ ਸੋ, ਪਹਿਲੇ ਨੰਬਰ 'ਤੇ ਸਟਾਰ ਗੁੱਜਰ ਸੀ ਗਾਲਬਨ, ਅੱਛਾ 2 ਐਵਰੇਜ ਦੇ ਇਨਾਮ ਹੀ ਆ ਸਰ। ਅੱਛਾ, ਹੁਣ ਤੁਸੀਂ ਦੱਸੋ, ਹੁਣ ਤੁਸੀਂ ਸਾਡੇ ਜਿਹੜੇ ਦੋਸਤ ਸਾਰੇ ਆਏ ਨੇ, ਇਹ ਲਾਈਵ ਸ਼ੌਕ ਜਿਹੜੇ ਕਰ ਰਹੇ ਨੇ, ਪੂਰੀ ਦੁਨੀਆ ਸਾਡੇ ਨਾਲ ਅਟੈਚ ਨੇ ਦੋਸਤ, ਇਹ ਦੱਸੋ ਬਈ ਤੁਸੀਂ ਹੁਣ ਕਿਹੜੀ ਬਰੀਡ ਦਾ ਸ਼ੌਕ ਸਾਡੇ ਦੋਸਤਾਂ ਨੂੰ ਕਰਾਓਗੇ? ਬਰੀਡ ਜਿਹੜੀ ਮੇਰੀ ਆਪਣੀ ਸੀ ਨਾ ਜੀ, ਉਹ ਤਕਰੀਬਨ ਖਤਮ ਹੋ ਗਈ ਹੈ, ਕਿਉਂਕਿ ਮੈਂ ਮਕਾਨ ਵੀ ਡੇ ਗਿਆ ਸੀ, ਮਕਾਨ ਨੂੰ ਨਵਾਂ ਬਣਾਇਆ, ਤੁਸੀਂ ਦੇਖ ਰਹੇ ਮਕਾਨ ਨਵਾਂ ਬਣਾਇਆ, ਠੀਕ ਹੋ ਗਿਆ, ਅਤੇ ਬਸ ਉਹ ਕਬੂਤਰ ਜਿਹੜਾ ਇੱਧਰ ਤੋਂ ਚਲੇ ਗਿਆ ਸਰ। ਅੱਛਾ, ਹੁਣ ਕੁਛ ਚਾਹੁੰਦੇ ਕਿ ਉਹ ਮੇਰੇ ਚਿੜੇ ਬਰੀਡ ਰਹਿ ਗਈ ਹੈ। ਅੱਛਾ, ਕਿਉਂਕਿ ਮੇਰੇ 35 ਵਾਲੇ ਆਪਣੀ ਬਰੀਡ ਸੀ, 35 ਵਾਲੀ ਵੀ ਸੀ, ਉਹ ਵੀ ਮੈਂ ਉੱਥੇ ਕੋਈ ਤੋਂ ਲੈ ਕੇ ਆਇਆ ਸਾਂ। ਅੱਛਾ ਅੱਛਾ ਅੱਛਾ, ਇਹ ਚਿੜੇ ਵੀ ਹੈ ਸਰ, ਹੁਣ ਇਹ ਕਿ 35 ਵਾਲੇ ਵੀ ਕੋਈ 2 ਜੋੜੇ ਰਹਿ ਗਏ ਨੇ। ਅੱਛਾ, ਅਤੇ ਹੁਣ ਕੁਛ ਮੈਂ ਥੋੜ੍ਹਾ ਜਿਹਾ ਟੈਡੀਆਂ ਦੇ ਵਿੱਚ ਪਿਆ ਹੋਇਆ ਵਾਂ। ਅੱਛਾ, ਟੈਡੀ ਕਬੂਤਰ ਬਣਾਏ ਨੇ? ਹਾਂ, ਟੈਡੀ ਇਨਸ਼ਾਅੱਲਾ ਟੈਡੀ ਦਾ ਕਰਾਸ ਦੇਵਾਂਗਾ, ਕਿਉਂਕਿ ਅੱਗੇ ਮੇਰੇ ਕਬੂਤਰ ਸਾਨੂੰ ਜੋੜੇ ਲੱਗੇ, ਸਾਨੂੰ ਮਾਰੂਫ ਸਨ ਮੇਰੇ ਜੋੜੇ ਵੀ, ਮੈਨੂੰ ਪਤਾ ਸੀ ਕਿ ਇਸ ਜੋੜੇ ਦਾ ਬੱਚਾ ਉੱਡਦਾ ਅਤੇ ਇਸ ਦਾ ਨਹੀਂ ਉੱਡਦਾ, ਇਸ ਦਾ ਜੋ ਸਾ ਜੀ ਜੀ, ਉਹ 2 ਚੱਲ ਜਾਣ ਸਨ ਅਤੇ 4 ਨਾਲ ਰਲ ਜਾਂਦੇ ਸਨ, ਉਹ ਇੱਕ ਗੇਮ ਬਣੀ ਸੀ, ਇੱਕ ਗੇਮ ਬਣੀ ਸੀ, ਸੈੱਟ ਬਣਿਆ। ਹੁਣ ਜਿਹੜਾ ਉਹਨਾਂ ਗੇਮ ਨਵੀਂ ਬਣਾਉਣੀ ਪੈਂਦੀ, ਨਵੀਂ ਬਣਾਉਣੇ ਵਾਸਤੇ ਤੁਹਾਨੂੰ ਪਤਾ ਬੜੀ ਮੁਸ਼ਕਲ ਕਰਨੀ ਪਈ, ਹੁਣ ਮੇਰੇ ਖਿਆਲ ਕੰਮ ਕਰ 60-70 ਕਬੂਤਰ ਤਾਂ ਪੁੱਟੇ ਆਏ, ਠੀਕ ਹੈ, ਸਹੀ ਹੋ ਗਿਆ, ਅਤੇ ਉਹ ਤੁਹਾਨੂੰ ਪਤਾ ਹੋਣਾ ਜਦੋਂ ਉਹਨਾਂ ਨੂੰ ਮਾਰ ਪੈਣੀ ਗਰਮੀ ਦੀ, ਪਤਾ ਨਹੀਂ ਕਿਹੜਾ ਰਹਿਣਾ ਅਤੇ ਕਿਹੜਾ ਚਲਾ ਜਾਣਾ, ਕਿਹੜਾ ਚਲ ਜਾਣਾ। ਅੱਛਾ, ਹੁਣ ਇਸ ਤਰ੍ਹਾਂ ਮਾਲਕ ਸਾਹਿਬ, ਤੁਸੀਂ ਕੱਲ੍ਹ ਸਾਨੂੰ ਮਾਸ਼ਾਅੱਲਾ ਬਾਕੀ ਬਰੀਡਰ ਤੁਹਾਡੇ ਫਿਰ ਵੇਖਦੇ ਹਾਂ, ਕੱਲ੍ਹ ਤੁਸੀਂ ਸਾਨੂੰ ਨਾ ਟੈਡੀ 2 ਪੱਠੀਆਂ ਵਿਖਾਈਆਂ ਸਨ ਜੀ ਜੀ, ਜ਼ਰਾ ਇਹ ਬੱਚੇ ਨੂੰ ਦੱਸੋ ਨਾ, ਬੱਚਾ ਫੜ ਕੇ ਲਿਆਵੇ, ਜ਼ਰਾ ਉਹ ਦੋਸਤਾਂ ਨੂੰ ਲਾਈਵ ਸ਼ੋਅ ਕਰਾਓ, ਫਿਰ ਤੁਹਾਡੇ ਜ਼ਰਾ ਬਰੀਡਰ ਜੋੜੇ ਜਿਹੜੇ ਵੇਖਦੇ ਹਾਂ, ਕਿਉਂਕਿ ਕੱਲ੍ਹ ਜਦੋਂ ਤੁਸੀਂ ਅਸੀਂ ਤੁਹਾਡੇ ਕੋਲ ਆਏ ਤੁਹਾਡਾ ਟਾਈਮ ਲੈਣ ਵਾਸਤੇ ਕਿ ਸਾਨੂੰ ਤੁਸੀਂ ਇੰਟਰਵਿਊ ਦਿਓ, ਮਾਸ਼ਾਅੱਲਾ ਬੜੇ ਕਾਬਲ ਇਤਮਾਦ ਔਰ ਬੜੇ ਕਾਬਲ ਫਖਰ ਸਰਗੋਧਾ ਦੇ ਸ਼ੌਕੀਨ ਹੋ, ਅਤੇ ਤੁਸੀਂ ਸਾਨੂੰ ਸ਼ੋਅ ਕਰਵਾਇਆ ਸੀ 2 ਪਰਿੰਦਿਆਂ ਦਾ। ਨਹੀਂ, ਇਹ ਤਾਂ ਮਾਦੀ ਹੈ, ਤਾਂ ਮਾਦੀ ਹੋ ਗਈ ਨਾ ਬੱਚੇ, ਉਹ ਟੈਡੀ ਪੱਠੀ ਸੀ, ਉਹ ਟੈਡੀ ਪੱਠੀ, ਇਹ ਤਾਂ ਗੋਲਡਨ, ਇਹ ਤਾਂ ਉੱਧਰ ਆ ਲੈ, ਚਲੋ ਇਹ ਵੀ ਦਿਖਾ ਦਿਓ, ਇਹ ਜਿਹੜੀ ਇਹ ਜਿਹੜਾ ਦਿਖਾ ਰਹੇ ਹੋ, ਜ਼ਰਾ ਕਰੀਬ ਕਰਕੇ ਦਿਖਾਓ ਨਾ ਜੀ, ਇਹ ਦੋਸਤੋ ਇਹ ਵੇਖੋ ਪਰ ਹੈ, ਇਹ ਪਰ ਹੈ, ਠੀਕ ਹੋ ਗਿਆ ਜੀ, ਬਾਕੀ ਡਿਟੇਲ ਉਹਨਾਂ ਕੋਲ ਲੈਂਦੇ ਹਾਂ, ਇਹ ਪਰ ਹੈ, ਠੀਕ ਹੋ ਗਿਆ ਜੀ, ਇਹ ਕੰਧਾ, ਇਹਦੀ ਅੱਖ ਦਾ ਜਿਹੜਾ ਨਾ ਜੀ, ਇਹ ਦੋਸਤੋ ਅੱਖ ਦਾ ਸ਼ੋਅ ਕਰੋ ਤੁਸੀਂ, ਅੱਖ ਦਾ ਕਲੋਜ਼ਅਪ ਹੈ ਜੀ, ਦੇਖੋ ਮਾਸ਼ਾਅੱਲਾ,
गोल्डन वादी भी माशाल्लाह बड़ी अच्छी उठती पी है। मेरा मुँह छोड़ो मलिक जी। हाँ इस तरह हाँ जी दोस्तों देखो जनाब खालिद बशीर मल्ली साहब की हाल है ठीक हो जी। दुम दिखाओ मलिक साहब जरा दोस्तों नो जबरदस्त ये ठीक हो गया। ए बेटा छड़िया टैडी पट्ठियां दिखा जड़िया मलिक साहब दी फेवरेट ने जड़ी टैडी पट्ठियां मलिक साहब ये कोई बहुत नायाब ने जड़िया तुसी लापरियां ने कटियां ने दोस्त ने लाहौरू उन्होंने भेजिया ने जी। अच्छा स्टार्टिंग और मतलब मैं शौक करन लगा। अच्छा ए दोस्त बड़ी स्पेशल गिफ्ट आया है इन्हनु कि इन्हां दे चाहण वाले ने लाहौर तो मेरे नाल ही कुवैत रहे ने जी कुवैत रहे ने उन्होंने गिफ्ट की ने टैडी पट्ठियां मलिक साहब जरा चेहरा छोड़ो। हाँ दोस्तों देखो हाँ जी जरा लत्तां दिखाओ जी शौकीना दोस्तों जरा रहन दो कोई नहीं उतरना खुश्क पंजे जेड़ा ना जी चलो दस नाखून जी ठीक हो गया जी लियाओ जी ए बड़ी पट्ठी है जी ए पट्ठा जी अच्छा पट्ठा निकल आया जिस तरह अगे फड़े से ना नहीं उस बड़े जिस तरह गुते फटते हो रख अच्छे तरीके नजर आना सामने आ जाए बहर कटो इतने कटो इतने रखो ना बहर कट के पढ़ लो कोई नहीं आराम से पढ़ लो कोई मसला नहीं क्लियर आ गई जी जरा कंधा चेक कराओ इधर पर शर चेक कराओ दोस्तों ने काट के भेजा ही एक अच्छा दोस्तों ने काट के भेजा एक सात कली जाया पट्ठा। अच्छा मलिक जी की इना दी दास्तान की है की रिजल्ट है इना दा उना के जी इंशाल्लाह जी तुसी उड़ाओ ते तो मजा दे देंगे। अच्छा इना दे पंजे भी चेक कराओ जी मैं कह असी ते इना चेक कीता है ते तुसी इना मजीद चेक कर सकते हो। अच्छा की ओ कहंदे ने भाई की रिजल्ट है इना दा मतलब है कि चार पाँच मिनट कर जा रहा हूँ स्कूल ना जाने सही माशाल्लाह ले आओ जी छड़ी हो जी उठे जी। अच्छा जी मलिक साहब ये आ गया जी पर मादी है जी ये मादा दा पर आ गया जी जी ठीक हो गया कंधा पर बटेरी है जी बटेरी मारती है ये माशाल्लाह बच्चे उठांदी पई हक फड़ो उस तरह मतलब जिस तरह फड़ो ना हक चेक करा अच्छा इस बटेरी का की रिजल्ट है जी बच्चे मेरे को उठते हैं माशाल्लाह तीन चार बजे तक जाते हैं। अच्छा तीन चार बजे जी ठीक हो गया। अच्छा ए पैंती वाले दे विचों आया जी। अच्छा ये जेड़े तोड़े कबूतर पैंती वाले ने आपका पुराने कबूतर सन जी 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 ये उन्हें चेक पट्टी वापस आई थी। अच्छा ये बीमार हो गई थी। अच्छा मतलब बच्चे बच्चे कड़े सन लेकिन हुन जेड़ा
ਦੇਖੋ ਜੀ ਪੈਂਤੀਆਂ ਦੇ ਵਿੱਚ ਇੱਕ ਕਾਲਾ ਭਰ ਹਮੇਸ਼ਾ ਆਉਂਦਾ ਬਗਲ ਦੇ ਵਿੱਚ ਲਾਜ਼ਮਨ ਇੱਕ ਅੱਧਾ ਕਾਲਾ ਭਰ ਲਾਜ਼ਮਨ ਅੱਛਾ ਮਲਿਕ ਜੀ ਤੁਹਾਨੂੰ ਨਾਲ ਨਾਲ ਤੁਹਾਡੇ ਸਵਾਲ ਜਵਾਬ ਵੀ ਆਉਂਦੇ ਰਹੇ ਇਹ ਦੱਸੋ ਵੀ ਤੁਹਾਨੂੰ ਇਤਨਾ ਅਰਸਾ ਹੋ ਗਿਆ ਕਬੂਤਰਬਾਜ਼ੀ ਕਰਦਿਆਂ ਤੁਸੀਂ ਕੀ ਰਿਜ਼ਲਟ ਕੱਢਿਆ ਕਿ ਕਸੂਰੀ ਕਬੂਤਰ ਡੱਡ ਆ ਜਾਂ ਸਿਆਲਕੋਟੀ ਕਬੂਤਰ ਡੱਡ ਹੈ ਕਸੂਰੀ ਵੇਖੋ ਜੀ ਆਪਣੀ ਥਾਂ 'ਤੇ ਕਸੂਰੀ ਵੀ ਠੀਕ ਹੈ ਕਸੂਰੀ ਗਰਮ ਮੌਸਮ ਦੇ ਨਹੀਂ ਆਏ ਅੱਛਾ ਜੀ ਹਾਂ ਇਹਨਾਂ ਨੂੰ ਇਹੀ ਹੈ ਇਹਨਾਂ ਵਿੱਚ ਕਰਾਸ ਪਾਓ ਅਤੇ ਜਿੰਨਾ ਮਰਜ਼ੀ ਉਡਾ ਲਓ ਕਿਉਂਕਿ ਇਹ ਅੱਛਾ ਇਹ ਤੁਹਾਡੇ 35 ਵਾਲੇ ਕਬੂਤਰ ਨੇ ਜਿਹੜੇ ਰਿਜ਼ਲਟਡ ਕਬੂਤਰ ਨੇ ਜੀ ਬਿਲਕੁਲ ਇਹ ਮਾਦੀ ਹੈ ਜੀ ਅੱਛਾ ਇਹ ਜੋੜੇ ਲਾਈ ਸੀ ਇਹ ਥੋੜ੍ਹੀ ਬਿਮਾਰ ਹੋ ਗਈ ਹੈ ਠੀਕ ਹੈ ਇਹਨੂੰ ਅਲੱਗ ਕੀਤਾ ਹੈ ਠੀਕ ਹੋ ਗਿਆ ਲਿਆਓ ਜੀ ਜੀ ਮਲਿਕ ਸਾਹਿਬ ਅੱਛਾ ਜੀ ਇਹ ਮਾਦੀ ਜੋੜਿਆਂ ਲਈ ਹੈ ਜੀ ਕਮੱਗਰ ਮਾਦੀ ਜੀ ਅੱਛਾ ਜੀ ਕਮੱਗਰ ਮਾਦੀ ਹੈ ਜੀ ਦੂਸਰੀ ਸਾਈਡ ਦੇ ਅੱਖ ਚੈੱਕ ਕਰੋ ਕਿਉਂਕਿ ਸਰਾਣਾ ਉਹਦਾ ਨਹੀਂ ਕਲੋਜ਼ਅਪ ਨਹੀਂ ਠੀਕ ਆ ਰਿਹਾ ਇੱਥੇ ਠੀਕ ਆਉਂਦਾ ਥੋੜ੍ਹੀ ਥੋੜ੍ਹੀ ਉੱਤੇ ਚੁੱਕੋ ਇੱਥੇ ਇਸ ਜਗ੍ਹਾ ਹਾਂ ਬਿਲਕੁਲ ਠੀਕ ਅੱਛਾ ਇਹਨਾਂ ਦਾ ਕੀ ਇਹਦਾ ਕੀ ਰਿਜ਼ਲਟ ਹੈ ਜੀ ਮਲਿਕ ਸਾਹਿਬ ਇੱਥੇ ਰੱਖੋ ਜੀ ਮਲਿਕ ਸਾਹਿਬ ਇਹਦਾ ਪੱਠਾ ਮੈਂ ਪਿੱਛੇ ਸੌ ਉੱਡਿਆ ਸਾਂ ਇਹਦਾ ਪੱਠਾ ਬਾਜੀ 'ਚ ਪਾਇਆ ਸੀ ਅੱਛਾ ਹਾਂ ਉਹ ਠੀਕ ਹੋ ਗਿਆ ਛੱਡੋ ਤੇ ਰਹਿਣ ਅਸਲਾ ਬਗੈਰ ਅੱਛਾ ਤਕਰੀਬਨ 3:20 ਤੱਕ ਬੈਠਾ ਅੱਛਾ 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 ਇਹਦਾ ਬੱਚਾ 3:20 'ਤੇ ਬੈਠਾ ਸੀ ਠੀਕ ਹੋ ਗਿਆ ਇੱਕ ਬੜਾ ਪੁਰਾਣਾ ਦੇਖੋ ਜੀ ਇਸ ਤਰ੍ਹਾਂ 54-55 ਔਰ ਤਿੰਨੋ ਪਰ ਆਖਰੀ ਬਰਾਬਰ ਨੇ ਦੇਖੋ ਅੱਛਾ ਤਿੰਨੋ ਪਰ ਬਰਾਬਰ ਨੇ ਆਖਰੀ ਤਿੰਨ ਦੇ ਤਿੰਨ ਬਰਾਬਰ ਨੇ ਜਿਹੜਾ ਕਿ ਬਹੁਤ ਕੰਮ ਕਬੂਤਰ ਚਾਹੁੰਦੀ ਹੈ ਠੀਕ ਹੋ ਗਿਆ ਵੈਰੀ ਗੁੱਡ ਲਿਓ ਜੀ ਚਲੋ ਬੜੇ ਟੈਡੀ ਟੁੱਡੀ ਫੜ ਲਿਆ ਨਾ ਲਾਲ ਅੱਖਰ ਟੈਡੀ ਫੜ ਲਿਆ ਜੀ ਮਲਿਕ ਸਾਹਿਬ ਤੁਹਾਡੇ ਹੱਥ 'ਚ ਕਿਹੜੇ ਚਲੋ ਦੋਸਤਾਂ ਨੂੰ ਸ਼ੋਅ ਕਰਵਾ ਦਿਓ ਕੁਝ ਲੋਕ ਹੁੰਦੇ ਨੇ ਇਹ ਕਬੂਤਰ ਕਿਹੜਾ ਜੀ ਮਲਿਕ ਸਾਹਿਬ ਤੁਹਾਡੇ ਹੱਥ 'ਚ ਫਰਾਂਸਾ ਕਬੂਤਰ ਹੈ ਅੱਛਾ ਫਰਾਂਸਾ ਕਬੂਤਰ ਹੈ ਇਹ ਕਿਹੜੇ ਫਰਾਂਸਿਆਂ 'ਚ ਬਾਬੇ ਸ਼ੇਰੇ ਵਾਲਿਆਂ 'ਚ ਜੀ ਨਹੀਂ ਜੀ ਨਹੀਂ ਬਾਬੇ ਸ਼ੇਰੇ ਵਾਲੇ ਤਾਂ ਉਹ ਤਾਂ ਪਤਾ ਫਟ ਫਟ ਕੇ ਵੀ ਨਹੀਂ ਦਿੰਦੇ ਹੈ ਉਹ ਬੜੇ ਚੀੜੇ ਕਬੂਤਰਬਾਜ਼ ਨੇ ਅੱਛਾ ਹਾਂ ਇਹ ਮੇਰੇ ਕੋਲ ਉੱਡੇ ਹੈ ਜੀ ਇਹ ਐਤਕੀ ਜੋੜੇ ਪਾਇਆ ਅੱਛਾ ਹਾਂ ਇਹਨੂੰ ਉਡਾਇਆ ਵੀ ਹੈ ਜੀ ਸਹੀ ਮਾਸ਼ਾ ਅੱਲਾ ਬੜੀ ਪਰਵਾਹ ਨਹੀਂ ਦਿੱਤੀ ਇਹਨੂੰ ਹੁਣ ਕੱਟ ਕੇ ਜੋੜੇ ਪਾਇਆ ਸਹੀ ਹੋ ਗਿਆ ਇਹਦਾ ਰਿਜ਼ਲਟ ਕੋਈ ਨਹੀਂ ਆਇਆ ਅਤੇ ਕੀ ਜ਼ਰਾ ਅੱਗ ਤੋਂ ਕਲੋਜ਼ਅਪ ਦਿਓ ਅਤੇ ਇਹ ਲਿਓ ਜੀ ਇਹ ਜਨਾਬ ਮਲਿਕ ਸਾਹਿਬ ਦੇ ਫਰਾਂਸੇ ਕਬੂਤਰ ਦੀ ਅੱਖ ਦਾ ਕਲੋਜ਼ਅਪ ਜੀ ਮਲਿਕ ਸਾਹਿਬ ਜ਼ਰਾ ਪੜ੍ਹੋ ਨਾ ਸਹੀ ਕਰਕੇ ਚੇਂਜ ਕਾਬੂ ਕਰ ਲਓ ਜੀ ਮਲਿਕ ਜੀ ਅਤੇ ਇੱਥੇ ਜ਼ਰਾ ਕਿਉਂਕਿ ਜਿਹਨਾਂ ਤੱਕ ਦੋਸਤ ਸ਼ੌਕੀਨ ਨੇ ਵੇਖੋ ਨਾ ਹੁਣ ਇਹ ਹੁਣ ਕਲੀਅਰ ਆਈ ਆ ਹੁਣ ਦੋਸਤਾਂ ਨੂੰ ਪਤਾ ਲੱਗ ਰਿਹਾ ਵੀ ਇਹ ਕੀ ਚੀਜ਼ ਹੈ ਵੇਖੋ ਨਾ ਜਾ ਹਰ ਚੀਜ਼ ਜਿਹੜਾ ਨਾ ਜੀ ਕਲੀਅਰ ਆ ਜਾਏਗੀ ਨਾ ਸਾਰੇ ਦੋਸਤ ਅੱਛਾ ਜੀ ਇਹ ਫਰਾਂਸਾ ਹੋ ਗਿਆ ਜੀ ਤੁਹਾਡਾ ਲੇ ਲਿਓ ਜੀ ਅੱਛਾ ਇਸ ਕਬੂਤਰ ਨੂੰ ਬੜਾ ਫਰਮਾਇਸ਼ ਤੇ ਤੁਸੀਂ ਪਕੜਵਾਇਆ ਜੀ ਇਹਦੀ ਮਲਿਕ ਸਾਹਿਬ ਕੀ ਤਾਰੀਫ ਇਸ ਕਬੂਤਰ ਦੀ ਕਬੂਤਰ ਜੀ ਮੇਰਾ ਫੜਿਆ ਜੀ ਉਹਨੂੰ ਗਿਫਟ ਕੀਤਾ ਹੈ ਅੱਛਾ ਹਾਂ ਇਹਦਾ ਹਾਲ ਰਿਜ਼ਲਟ ਕੋ ਨਹੀਂ ਆ ਜੀ ਇਹ ਮੈਂ ਹੁਣੀ ਲਿਆਂਦਾ ਅੱਛਾ ਜੀ ਹਾਂ ਤੇ ਇਹ ਤਾਜੀ ਪੱਠੀ ਦੀ ਮੇਰੇ ਕੋਲ ਉੱਡਦੀ ਕਰਦੀ ਮੇਰੀ ਆ ਸੀ ਅਤੇ ਇਹ ਉਹਦਾ ਜਿਹੜਾ ਉਹਦਾ ਮੈਂ ਹੁਣ ਜੋੜੇ ਲਾਇਆ ਅੱਛਾ ਉਹ ਮੇਰੇ ਪੜੇ ਕੋਲ ਸੀ ਹੁਣ ਕਹਿੰਦੀ ਆ ਤੁਸੀਂ ਲਾਓ ਇਹਨੇ ਜਿਹੜਾ ਹੁਣ ਬੱਚੇ ਕੱਢੇ ਨੇ ਪਿੱਛੋਂ ਜਿਹੜੀ ਇਹਦੀ ਕੀ ਰਿਪੋਰਟ ਹੈ ਬਈ ਇਹ ਕੈਸਾ ਕਬੂਤਰ ਹੈ ਅੱਛਾ ਬੱਚੇ ਉਡਾਉਂਦਾ ਕਬੂਤਰ ਹੈ ਅੱਛਾ ਜੀ ਇਹ ਟੈਡੀ ਕਬੂਤਰ ਹੈ ਜੀ ਮਲਿਕ ਸਾਹਿਬ ਦਾ ਅਤੇ
ਜ਼ਬਰਦਸਤ ਅੱਖ ਵਾਜ਼ਿਆ ਨਜ਼ਰ ਆ ਰਹੀ, ਇੱਕ ਇੱਕ ਜ਼ਰਾ ਜਿਹੜਾ ਨਾ ਜੀ ਦੋਸਤਾਂ ਨੂੰ ਵਾਜ਼ਿਆ ਨਜ਼ਰ ਆ ਰਿਹਾ। ਦੋਸਤੋ ਵੀਡੀਓ ਕਲੀਅਰ ਆ ਰਹੀ ਹੈ ਜਾਂ ਨਹੀਂ, ਆਵਾਜ਼ ਕਲੀਅਰ ਆ ਰਹੀ ਨਹੀਂ, ਕਮੈਂਟਸ ਕਰਕੇ ਦੱਸੋ। ਜੀ ਠੀਕ ਹੋ ਗਿਆ ਜੀ ਮਲਕ ਸਾਹਿਬ। ਟੈਡੀ ਮਾਦੀ ਹੈ। ਮਲਕ ਸਾਹਿਬ ਕਿੱਥੋਂ ਆਈ ਹੈ? ਇਹ ਜੀ ਮੈਂ ਜੋੜੇ ਖਰੀਦੇ ਨੇ, ਕੋਈ ਦੋ ਤਿੰਨ ਜੋੜੇ ਖਰੀਦੇ ਨੇ। ਅੱਛਾ। ਇਹ ਮੈਂ ਆਪ ਹੀ ਜੋੜਾ ਲਾਇਆ ਜੀ। ਇਹ ਰਿਜ਼ਲਟ ਮਾਸ਼ਾ ਲਾਏ ਦੇ ਬੱਚੇ ਉੱਡੇ ਨੇ, ਇਹ ਹਰ ਕਿਸਮ ਦੇ ਬੱਚੇ ਕੱਢ ਰਹੇ। ਅੱਛਾ। ਸਲੇਟੀ ਵੀ ਕੱਢ ਰਹੀ ਹੈ ਇਹ ਮਾਦੀ। ਅੱਛਾ। ਹਾਂ ਜੌਂਸਰੀ ਵੀ ਕੱਢ ਰਹੀ ਹੈ। ਅੱਖ ਦਿਖਾਓ ਜੀ, ਅੱਖ ਦਿਖਾਓ, ਅੱਖ ਦਾ ਸ਼ੌਕ ਕਰਾਓ ਜੀ ਦੋਸਤਾਂ ਨੂੰ ਜ਼ਰਾ। ਹਾਂ ਅੱਛਾ, ਇਹਦਾ ਕੀ ਰਿਜ਼ਲਟ ਹੈ ਮਲਕ ਸਾਹਿਬ ਇਸ ਮਾਦਾ? ਮਾਸ਼ਾਅੱਲਾ ਜੀ, ਇਹ ਜੋੜਾ ਜਿਹੜਾ ਲੱਗਿਆ ਨਾ ਜੀ, ਟੈਡੀ ਕਬੂਤਰ ਲੱਗਿਆ। ਅੱਛਾ। ਇਹ ਆ ਅਤੇ ਇਹ ਮਾਸ਼ਾਅੱਲਾ ਉੱਡਦੇ ਪੈ ਰਹੇ, ਪੱਠੀਆਂ ਪੱਠੀਆਂ ਗੋਲ ਘੱਟ ਸੁੱਟੇ ਨੇ, ਇੱਕ ਡਾਕਾ। ਅੱਛਾ। ਦੋ ਡਾਕੇ ਸਾਫ ਕੀਤੇ ਸਨ। ਠੀਕ ਹੈ। ਇੱਕ ਸਲੇਟੀ ਪੱਠੀ ਜਿਹੜੀ ਹੈ ਬਿਮਾਰੀ ਮਰ ਗਈ, ਇੱਕ ਕਬੂਤਰ ਹੈ, ਬਾਕੀ ਤਾਂ ਦੋ ਪੱਠੇ ਉਹ ਮੈਂ ਗੋਲ ਕਰਕੇ ਛੱਡੇ। ਸਹੀ। ਇਨਸ਼ਾਅੱਲਾ ਸੁਣ ਚੁੱਕਾ ਜੀ। ਸਹੀ। ਪੂਰੇ ਜੇ ਵਜੂਦ ਦੀ ਮਾਦੀ ਹੈ ਜਨਾਬ ਇਹਦੀਆਂ। ਇਹ ਉਹ ਬੱਚੇ ਦੇ ਇੱਕੋ ਘਰ ਦੇ ਨੇ ਜੀ? ਨਹੀਂ ਨਹੀਂ, ਉਹ ਹੋਰ ਥਾਂ ਤੋਂ, ਇਹ ਹੋਰ ਥਾਂ ਤੋਂ। ਅੱਛਾ, ਉਹ ਅਲੱਗ ਨੇ, ਅਲੱਗ ਨੇ ਜੀ। ਲਿਆਓ ਜੀ, ਠੀਕ ਹੋ ਗਿਆ। ਕਬੂਤਰ ਤੁਹਾਡੇ ਕੋਲ 4 ਵਜੇ ਤੱਕ ਉੱਡਿਆ ਵੀ ਹੈ ਜਿਹੜਾ ਕਿ ਕਬੂਤਰ ਤੁਸੀਂ ਪਕੜਿਆ? ਕਿਸੇ ਦਾ ਪਤਾ ਨਹੀਂ ਕਿਹੜਾ ਹੈ, ਕਿਸੇ ਦੀ ਪਕੜਿਆ ਨਾ, ਲੇਕਿਨ 4 ਵਜੇ ਤੱਕ ਉੱਡਿਆ ਤੇ ਹੁਣ ਤੁਸੀਂ ਬਰੇਡ ਚਲਾ ਲਿਆ ਜੀ। ਠੀਕ ਹੋ ਗਿਆ। ਤੇਰਾ ਦੋਸਤਾਂ ਨੂੰ ਕੰਧਾ ਛੰਦਾ ਚੈੱਕ ਕਰਾਓ। ਦੇਖੋ ਜੀ, ਦੇਖੋ ਜੀ, ਦੇਖੋ ਦੇਖੋ ਜੀ, ਕੱਟ ਛੱਡਿਆ। ਸਹੀ। ਸਹੀ ਹੈ, ਲਿਓ ਜੀ। ਅੱਛਾ ਗੋਲਡਨ ਕਬੂਤਰ ਜੀ। ਅੱਛਾ ਜੀ, ਜੋੜਾ ਲੈਂਦਾ ਹੈ ਜੀ ਮੈਂ। ਦਿਖਾਓ ਜੀ ਦੋਸਤਾਂ ਨੂੰ। ਅਸਲ ਪੂਰਾ ਪੂਰਾ ਸਾਲ ਕਬੂਤਰ ਨੂੰ ਵੇਖਣਾ ਵੀ ਆਉਂਦਾ। ਖੂਬਸੂਰਤੀ ਵੀ ਕਬੂਤਰ 'ਚ ਹੋਣੀ ਚਾਹੀਦੀ ਹੈ, ਬਾਕੀ ਚੀਜ਼ਾਂ ਦੇ ਨਾਲ ਨਾਲ ਨਾ ਖੂਬਸੂਰਤੀ ਵੀ ਹੋਣੀ ਚਾਹੀਦੀ। ਪਹਿਲੀ ਸ਼ਰਤ ਕਬੂਤਰ ਦੀ ਖੂਬਸੂਰਤੀ ਹੈ ਨਾ ਜੀ। ਜੀ ਅੱਖ ਅੱਖ ਦਾ ਜ਼ੂਮ ਕਰਾਓ ਜੀ ਜ਼ਰਾ ਦੋਸਤਾਂ ਨੂੰ। ਉਹ ਵੇਖ, ਚੋਰ ਮੁੰਡਾ ਆ ਗਿਆ ਥੱਲੇ। ਅਰੇ ਮੁੰਡਾ ਆ ਗਿਆ ਮੋਟਰਸਾਈਕਲ 'ਤੇ, ਥੱਲੇ ਆਇਆ ਹੁੰਦਾ ਜੀ। ਮਲਕ ਸਾਹਿਬ, ਜੀ ਮਲਕ ਸਾਹਿਬ।
جی ملک صاحب، اے جناب ملک صاحب دے بیٹے نے پوتے آو جی، اے جناب ملک صاحب دے بیٹے نے جا رہے نے تھلے، اے ملک صاحب دے بیٹے نے پوتے نے، اے خوب پتنگ بازی کر رہے نے چھت دے اتنے، دیکھو نا انہاں دا گڈا اتنے اڑ رہا، وہ ویکو تمہیں گڈے کا شوق بھی کرا دیے، تو آ گڈے اور بھی بڑے اڑ رہے ہیں، پتنگ بازی تے کوئی پابندی شبندی تے آیا ہے لیکن اڑائی جا رہے ہیں۔ جی ملک صاحب یہ کہڑا کبوتر سر تہاڈا؟ گولڈن سر۔ اچھا گولڈن ہے، پرانا کبوتر ہے، اوتے چک کے رکھو نا ملک صاحب، تھوڑا کبوتر اوتے چک کے رکھے کرے، اتے ذرا نا اے تھوڑا اے اتے رکھو، اتے تاکہ دوست ذرا ہر چیز واضح جڑا نا مقصد ہوندا ہے کہ دوستاں نوں اچھے پرندے دکھانے۔ اچھا ملک صاحب جنے پرندے دکھا رہے ہو او نے جنہاں دے رزلٹ نے تہاڈے کول؟ اے میرے کول رزلٹ کبوتر تقریباً۔ اچھا پرواز کر جانی سی، ہاں جی دوستو ویکھو ماشاء اللہ ملک صاحب دا بڑا نایاب پرندہ ہے، ملک صاحب کہندے نے کہ بچہ بہت زیادہ اڑاندا کبوتر۔ ملک صاحب آپ تو نہیں اڑیا تھوڑے کو، کیا بھی آپ نے اڑیا بریڈ چی یہ رزلٹ دیتا ہے؟ جی ملک صاحب جناب بچہ سیب کا نام ہے، بہت اچھا کبوتر پرور شوقین بچہ پڑھ بھی رہا ہے، استاد صدیق صاحب جی تخت ازارے والے نے انہوں کا بیٹا ہے، بچے چیخا مار رہے ہیں پتنگ بازی۔ جی ملک صاحب یہ کہڑا کبوتر ہے؟ جی کبوتر پسندیدہ کبوتر ہے جی۔ اے ادو میری بازی لگی سی ساتھ جودت نال۔ اچھا جودت سین ٹی ٹو؟ جی سر جودت سین ٹی ٹو نال۔ ہاں ٹھیک ہے، اونوں جیت کے بندہ رہی سی۔ اچھا میں کہسی جو میں تانوں اللہ خیر خیر کرے ٹی جی بازی فارغ کر دے واں، ٹی ٹو نے تانوں کہیا سی؟ ہاں میں کہ یار دیکھو اللہ تعالی بڑا غفور رحیم ہے، او دیکھو جس تے اور رحمت کرے، ہاں ہاں تے میں اونوں پھر چوتھی بازی تہاڈی دعاواں نال فرق کر چھڈے۔ اے کس آن دی گل ہے؟ پرانی گل ہو گئی ہے اے تقریبا، اے مکہ جس سال میں جدوں تو 4 سال ہو گئے جدوں مطلب کہ ٹیٹو زیدی شاہ دا؟ نہیں نہیں زیدی شاہ تو بعد۔ اچھا سیف خان دی شگیر سی، ٹھیک ہو گیا جی سر۔ اچھا جی تہاڈی مشہور زمانہ چیڑا بری، اے دا پائی اٹھدا رہیا اس مطلب اس بازی کے بچے اِسی نا یہ پائی شامی 6 بجے بیٹھا جی۔ اچھا ملک صاحب ذرا ٹھیک، ایوریج بھی سی وہ ہٹ بھی سی، ایوریج جیتی سی ہٹ بھی جیتی سی۔ اچھا ویری گڈ، چوتھی بازی جی ذرا پر بھی دوستوں چیک کراؤ، کندھا بھی چیک کراؤ۔ ملک صاحب تھی جس طرح کے اگے دسیا کہ تصا یہ جی وڈ وڈیری سی، مادہ بھی پکڑی سی تے نر بھی پکڑا سی جڑا جوڑا لایا سی؟ بالکل او میں دو بریڈاں بنائیاں سن جی۔ اچھا ایک شارکے کڈے سن، ایک دوباز کڈے سن، سلیٹی کڈے سن۔ اچھا ہاں تے ایک شارکا سی، ایہدا دا جڑا پیو سی نا والد سی۔ اچھا جدوں میں کویت توں آیا، اچھا کویت دا او ونر کبوتر سی۔ اچھا کویت دا ونر کبوتر سی، کبوتر 2:00 تے 5 منٹ تک بیٹھا سی۔ گرم لو چلدی ہے، ٹھیک ہو گیا۔ اگو کہنا پرا اتھے میرے کو کویت بے تاشا اڑے نے، ٹھیک ہو گیا۔ اے اے میرے کو ایک پرا بچ گئے سی کیونکہ میں ایک دوست نوں دتے سی، اے تھوڑی بیمار سی تے اے ہن ماشاء اللہ جوڑا چ پایا، یہ اگو پوتا جڑا ہو میرے کو پھر تیار ہے ان شاء اللہ، میں انہوں بازی ایس جی ایٹا سے 2020 سے یہ پوتا تیار ہے، تیار ہے جی۔ ویری گڈ، لو جی اور لو جی بریڈ۔ اچھا جی ملک صاحب یہ جناب کیڑی ہے جی؟ ایم ٹریڈی مادی جی۔ ایک منٹ جی ملک صاحب، اے ٹریڈی مادی جی پھر؟ اچھا پھر ٹریڈی مادی ہے جی، ایک منٹ اس طرح اے دوستوں نے شو کروا لی ہے، یہ ٹریڈی مادی ہے جناب انہوں نے شوق رہو دوستان جی۔
ਇਹਦੀ ਅੱਖ ਥੱਲੋਂ ਉੱਤੇ ਨਹੀਂ ਚੁੱਕੀ ਕਰੋ ਨਾ ਅੱਖ ਬੜੀ ਸਮਾਰਟ ਜੀ ਮਾਤਾ ਜੀ ਕੀ ਰਿਜ਼ਲਟ ਹੈ ਮਲਿਕ ਸਾਹਿਬ? ਇਹਦਾ ਰਿਜ਼ਲਟ ਕੋ ਨਹੀਂ ਜੀ ਆਇਆ। ਅੱਛਾ, ਇਹਦੇ ਬੱਚੇ ਦੋ ਨਿਕਲੇ ਫਿਰਦੇ ਨੇ। ਅੱਛਾ, ਠੀਕ ਹੈ। ਪਿੱਛੋਂ ਦੀ ਹਿਸਟਰੀ ਕੀ ਹੈ? ਇਹ ਜੀ ਮੈਂ ਮਾਜੀ ਉਹ ਇਹ ਮੇਰੇ ਕੋਲ ਲਾਹੌਰੋਂ ਹੀ ਆਈ ਹੈ। ਅੱਛਾ, ਵੀ ਲਾਹੌਰੋਂ ਹੀ ਆਈ ਹੈ, ਕਿਉਂਕਿ ਉਹ ਤਾਂ ਮੈਂ ਕੁਵੈਤ ਇਕੱਠੇ ਸ਼ੌਂਕ ਕਰਦੇ ਰਹੇ ਕਾਫੀ ਅਰਸਾ। ਅੱਛਾ 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 ਅਤੇ ਫਿਰ ਉਹ ਉਸਨੂੰ ਕੋਈ ਅੱਛਾ ਜਾਨਵਰ ਮਿਲਦਾ ਹੈ ਜਾਂ ਉਹਦੇ ਵੀ ਕੋਈ ਦੋਸਤ ਅੱਛੇ ਨੇ। ਠੀਕ ਹੋ ਗਿਆ, ਉਹ ਫਿਰ ਅੱਲਾ ਖੈਰ ਕਰੇ, ਉਹ ਮੈਨੂੰ ਤੂੰ ਗਿਫਟ ਕਰ ਦੇਗਾ। ਅੱਛਾ, ਉਹਨਾਂ ਨੇ ਤੁਹਾਨੂੰ ਗਿਫਟ ਕੀਤਾ ਤੁਹਾਡੇ ਕੋਈ ਦੇ ਇੱਕ ਦੋਸਤ ਨੇ ਸਾਬਕਾ ਜੀ? ਇਹ ਦਿਖਾਓ ਜੀ, ਇਹ ਚੂਹਾ ਕਬੂਤਰ ਜੀ। ਅੱਛਾ, ਇਹ ਚੂਹਾ ਜੀ, ਇਹ ਚੂਹਾ ਜੀ, ਜੀ ਇਹ ਚੂਹਾ ਕਬੂਤਰ ਰਿਜ਼ਲਟਡ ਕਬੂਤਰ ਜੀ, ਮਾਸ਼ਾ ਅੱਲਾ। ਅੱਛਾ, ਜੀ ਮਲਿਕ ਸਾਹਿਬ, ਇਹ ਚੂਹੇ ਦੀ ਅੱਖ ਦਾ ਸ਼ੇਡ ਕਿਹੜਾ ਬਣਾ ਦਿੱਤਾ ਜੀ? ਇਹ ਲਾਇਆ ਜੀ, ਇਹ ਤੁਸੀਂ ਆਪਣਾ ਸ਼ੇਡ ਬਣਾ ਦਿੱਤਾ ਚੂਹੇ ਦਾ? ਬੜੀ ਅੱਛਾ, ਤੁਸੀਂ ਉਹਦਾ ਨਾਂ ਚੂਹਾ ਰੱਖਿਆ? ਅੱਛਾ, ਇਹ ਚੂਹਿਆਂ ਦੇ ਵਿੱਚੋਂ ਸਲੇਟੀ ਨਿਕਲੇ ਹੈ ਤੇ ਕਿਸੇ ਕਿਸੇ ਕ੍ਰਾਸ ਦੀ ਵਜ੍ਹਾ ਤੋਂ ਅੱਖ ਤਬਦੀਲ ਕਰ ਗਏ। ਮਲਿਕ ਸਾਹਿਬ, ਜ਼ਹੀਨ ਬੜਾ ਕਬੂਤਰ ਤੁਹਾਡਾ? ਤੁਸੀਂ ਕਸੂਰੀ ਤੇ ਸਿਆਲਕੋਟੀ ਦਾ ਕ੍ਰਾਸ ਦੇ ਕੇ ਇਹਦਾ ਬੱਚਾ ਗੁਮਾ ਉਡਾਇਆ? ਠੀਕ ਹੋ ਗਿਆ ਜੀ, ਲਿਆਓ ਜੀ। ਜੀ ਮਲਿਕ ਸਾਹਿਬ, ਇਹ ਮੇਰੀ ਬੜੀ ਨਵੀਂ ਹੋਣ। ਅੱਛਾ, ਇਹ ਨਵਾਂ ਜੋੜਾ ਲਾਇਆ ਮਲਿਕ ਸਾਹਿਬ ਨੇ ਜੀ? ਮਾਸ਼ਾਅੱਲਾ, ਤਿਆਰ ਹੈ ਜੀ। ਠੀਕ ਹੋ ਗਿਆ, ਭਰਾਨ ਹੈ। ਠੀਕ ਹੋ ਗਿਆ, ਇਹ ਉਦਾਰ ਹੈ ਜੀ, ਅੱਲਾ ਖੈਰ ਕਰੇ। ਅੱਛਾ, ਇਹਨਾਂ ਦਾ ਮਲਿਕ ਸਾਹਿਬ ਕੀ ਰਿਜ਼ਲਟ ਹੈ? ਰਾਖ ਦਾ ਸ਼ੌਕ ਕਰੋ ਦੋਸਤਾਨ ਹੈ। ਅੱਛਾ, ਮਤਲਬ ਹੈ ਅਸੀਂ ਕੈਟੇਗਰੀ ਵਿੱਚ ਬਿਲਕੁਲ ਸਹੀ ਜਗ੍ਹਾ ਤੇ। ਥੋੜਾ ਛੱਟੇ ਕੰਮ ਲੱਗੇ ਜੋੜਾ ਮੇਰੇ ਕੋਲ ਰਿਜ਼ਲਟਡ। ਅੱਛਾ, ਰਿਜ਼ਲਟਡ ਜੋੜਾ ਹੈ? ਰਿਜ਼ਲਟਡ ਦੋ ਭਰਾ ਦੇ ਹੈ ਜੀ। ਠੀਕ ਹੋ ਗਿਆ ਜੀ, ਆ ਛੱਡ ਗਿਆ ਜੀ, ਬੱਚਾ ਰਹਿਣ ਦਿਓ, ਵੱਡਾ ਲਿਆਓ। ਵੱਡੇ ਵੱਡੇ ਕਬੂਤਰ ਲਿਆ ਨਾ, ਅਤੇ ਇੱਧਰ ਬਰੀਡਰਾਂ 'ਚੋਂ ਲਿਆ ਜੀ ਮਲਿਕ ਸਾਹਿਬ। ਕਬੂਤਰ ਆਇਆ ਜੀ ਲਾਹੌਰੋਂ। ਅੱਛਾ, ਹਾਂ, ਇਹ ਦੇਖੋ ਜੀ, ਇਹ ਵੀ ਟੈਡੀਆਂ ਦੇ ਵਿੱਚੋਂ ਆਇਆ ਜੀ। ਅੱਛਾ, ਇਹ ਵੀ ਲਾਹੌਰੋਂ ਹੀ ਆਇਆ? ਇਹ ਲਾਹੌਰੋਂ ਆਇਆ ਜੀ, ਦੋਸਤ ਨੇ ਮੇਰੇ ਭੇਜਿਆ।
ਢਾਕਾ ਸਾਫ ਕਰੇਗਾ ਉਹਦੇ ਕਹਿੰਦੇ ਢਾਕਾ ਸਾਫ ਕਰਕੇ ਅੱਛਾ ਜੋੜੇ ਲਾਣੇ ਨੇ ਅੱਛਾ ਦਸ ਸਾਫ ਕਰਕੇ ਇਹਨੂੰ ਜੋੜੇ ਲਾਣੇ ਮਾਸ਼ਾ ਅੱਲਾਹ ਕਰ ਜੀ ਉਡਾਣਾ ਨਹੀਂ ਇਹ ਠੀਕ ਹੋ ਗਿਆ ਜ਼ਰਾ ਅਖਦਰ ਸ਼ੁਕਰ ਆ ਦੋਸਤਾਂ ਨੂੰ ਇਹ ਦੇਖੋ ਜੀ ਅੰਦਰ ਕਰਾਓ ਜੀ ਦੋਸਤਾਂ ਨੂੰ ਸ਼ੁਕਰ ਆ ਲਓ ਜੀ ਕੜੀ ਆਪ ਪਾਈ ਜੇ ਨਹੀਂ ਜੀ ਉੱਥੋਂ ਪਈ ਉਹਨਾਂ ਦੀ ਆਈ ਜੀ ਅੱਛਾ ਕੜੀ ਉਹਨਾਂ ਹੀ ਪਾਈ ਜੀ ਕੜੀ ਉਹਨਾਂ ਕਿਹਾ ਜੀ ਇਨਸ਼ਾਅੱਲਾ ਇਹ ਜੋੜੇ ਲੱਗੇਗਾ ਤਾਂ ਰਿਜ਼ਲਟ ਦੇਗਾ ਅੱਲਾ ਦੇ ਫਜ਼ਲ ਨਾਲ ਸਾਡੇ ਕੋਲ ਬੜੇ ਰਿਜ਼ਲਟ ਨੇ ਸਹੀ ਹੋ ਗਿਆ ਜੀ ਠੀਕ ਹੋ ਗਿਆ ਬੱਚੇ ਹੀ ਅੱਛਾ ਠੀਕ ਹੋ ਕਿੰਨੇ ਭਰ ਦਾ ਜੀ ਜੀ ਮਲਿਕ ਸਾਹਿਬ ਹੈ ਜੀ ਲੱਖਾ ਪੱਠਾ ਇਹਦੀ ਕੀ ਹਿਸਟਰੀ ਹੈ ਮਲਿਕ ਸਾਹਿਬ ਇਹ ਜੀ ਘਰ ਦਾ ਪੱਠਾ ਵੇ ਅੱਛਾ ਬਚਪਨ ਹੀ ਤੋਂ ਬੜਾ ਉੱਡਿਆ ਜੀ ਅੱਲਾ ਖੈਰ ਕਰੇ ਬਾਰਾਂ ਇੱਕ ਵਜੇ ਤੱਕ ਬਹਿੰਦਾ ਰਿਹਾ ਅੱਛਾ ਹਾਂ ਹੁਣ ਕਬੂਤਰ ਬਣਾਉਣੇ ਸਨ ਮੈਂ ਕਿਹਾ ਚਲੋ ਥੋੜ੍ਹਾ ਜਿਹਾ ਕਰਕੇ ਨਾ ਜੀ ਲੱਖ ਦਾ ਸ਼ੁਕਰ ਹੈ ਜੀ ਦੋਸਤਾਂ ਨੂੰ ਇਸ ਤਰ੍ਹਾਂ ਦੇਖੋ ਬਿਲਕੁਲ ਠੀਕ ਜਗ੍ਹਾ ਬਿਲਕੁਲ ਦੋਸਤੋ ਲੱਖਾ ਕਬੂਤਰ ਹੈ ਤੇ ਮਲਿਕ ਸਾਹਿਬ ਇਹਨਾਂ ਦਾ ਕੀ ਰਿਜ਼ਲਟ ਹੈ ਇਹਨਾਂ ਲੱਖਿਆ ਕਬੂਤਰਾਂ ਦਾ ਮਾਸ਼ਾਅੱਲਾ ਕ੍ਰਾਸ ਵਿੱਚ ਪਾਇਆ ਇੱਧਰ ਮੇਰੇ ਕੋਲ ਜੋੜਾ ਹੈ ਜੀ ਮਾਦੀ ਲੱਖ ਹੀ ਹੈ ਅੱਛਾ ਤੇ ਕਬੂਤਰ ਜੋ ਸਿਰਾ ਅੱਛਾ ਤੇ ਮਲਿਕ ਸਾਹਿਬ ਇਹਨਾਂ ਦੀ ਕੀ ਪੋਜੀਸ਼ਨ ਹੈ ਪਰਵਾਹ ਦੀ ਅਕਲ ਦੀ ਵੇਖੋ ਜੀ ਸਿਆਣੇ ਤਾਂ ਬੜੇ ਨੇ ਅੱਛਾ ਹਾਂ ਤੇ ਇਹਦੇ ਛੋਟਾ ਭਰਾ ਸਾਰੀ ਜਾਮ ਇੱਥੋਂ ਥੱਲੇ ਉੱਡਿਆ ਸੀ ਅੱਛਾ ਸਾਰਾ ਸੈਂਟਰ ਕਿਤੇ ਆਪਣੇ ਆ ਕੇ ਬੈਠੇ ਅੱਛਾ ਅੱਛਾ ਠੀਕ ਹੋ ਗਿਆ ਸਹੀ ਇਹ ਮੇਰੇ ਪੈਂਤੀ ਵਾਲੇ ਨੇ ਜੀ ਇਹ ਮੈਂ ਕੱਟਿਆ ਅੱਛਾ ਇਹ ਮੈਂ ਜੋੜੇ ਪਾਉਣਾ ਇਹ ਮੈਂ ਉਡਾਉਣਾ ਨਹੀਂ ਹੈ ਅੱਛਾ ਹਾਂ ਕਿਉਂਕਿ ਉਹ ਹੁਣ ਮੇਰੇ ਕੋਲ ਆਏ ਨੇ ਜੀ ਇਹ ਮਾਰੂ ਕੁੰਡੇ ਕੱਟੇ ਨੇ ਇਹਦੇ ਇਹ ਮੇਰਾ ਆਪਣੀ ਬਰੀਡ ਹੈ ਪੈਂਤੀ ਵਾਲੇ ਮੈਂ ਬਣਾਇਆ ਸਨ ਜੀ ਅੱਗੇ ਜਦੋਂ ਮੇਰੇ ਕੋਲ ਗਏ ਸਨ ਮੇਰੇ ਕੋਲ 10-11 ਜੋੜੇ ਸਨ ਇਸੀ ਬਰੀਡ ਦੇ ਵਿੱਚ ਹੁਣ ਮੇਰੇ ਕੋਲ ਸਿਰਫ 2 ਜੋੜੇ ਰਹਿ ਗਏ ਨੇ ਬਾਕੀ ਸਾਰੇ ਜ਼ਾਇਆ ਹੋ ਗਏ ਨੇ ਤਕਰੀਬਨ ਅੱਛਾ ਅੱਛਾ ਮਤਲਬ ਮਰ ਕੱਪ ਗਏ ਜੀ ਹਾਂ ਬਸ ਮਰ ਕੱਪ ਗਏ ਹੁਣ ਇਹ ਹੈ ਕਿ ਇਹਨੂੰ ਮੈਂ ਇਹਨੂੰ ਵਧਾ ਰਿਹਾ ਹਾਂ ਅੱਛਾ ਹਾਂ ਇਹ ਪੱਠਾ ਹੈ ਮੈਨੂੰ ਕੱਟਿਆ ਇਹਨੂੰ ਕੱਟ ਕੇ ਅੱਗੇ ਜੋੜੇ ਛੱਡੋ ਜ਼ਰਾ ਇਹਦਾ ਮੂੰਹ ਛੱਡੋ ਜ਼ਰਾ ਅਤੇ ਦੋਸਤਾਂ ਨੂੰ ਜ਼ਰਾ ਨਾ ਇਨਸ਼ਾਅੱਲਾ ਪਤਾ ਚੱਲੇ ਕਿ ਅੱਗੇ ਤੁਹਾਨੂੰ ਮਾਦੀ ਦਿਖਾਈ ਜਿਹੜੀ ਬਿਮਾਰ ਹੈ ਜੀ ਜੀ ਪੂਰੀ ਇਹ ਇਨਸ਼ਾਅੱਲਾ ਉਸ ਦਾ ਪਾਉਣਾ ਮੈਂ ਅੱਛਾ ਡਾਕਾ ਸਾਫ਼ ਕਰ ਜਾਇਆ ਕਰ ਠੀਕ ਹੋ ਗਿਆ ਫਿਰ ਮੈਂ ਉਸ ਨਾਲ ਜੀ ਠੀਕ ਹੋ ਗਿਆ ਅਸੀਬ ਇੱਧਰ ਆ ਨਾ ਉੱਧਰ ਕਿੱਧਰ ਚਲਾ ਗਿਆ ਤੂੰ ਇਸ ਖਾਨੇ ਜਾ ਇਸ ਖਾਨੇ ਜਾ ਇਸ ਖਾਨੇ ਚ ਉਹ ਬੱਚੇ ਨੂੰ ਛੱਡ ਯਾਰ ਤੂੰ ਉਹ ਲਿਆ ਇੱਧਰ ਇੱਧਰ ਦਿਖਾ ਕਬੂਤਰ ਜੀ ਮਲਿਕ ਸਾਹਿਬ ਦੇ ਪੋਤੇ ਨਾਲ ਨਾਲ ਪਤੰਗਬਾਜ਼ੀ ਵੀ ਕਰ ਰਹੇ ਨੇ ਇਹ ਨਾ ਬੜੀ ਪਿਆਰ ਮੁਹੱਬਤ ਕਰਨ ਵਾਲੀ ਸ਼ਖਸੀਅਤ ਨੇ ਔਰ ਮਾਸ਼ਾਅੱਲਾ ਬੜੇ ਸੁਲਝੇ ਸ਼ੌਕੀਨ ਨੇ ਅਤੇ ਜਨਾਬ ਜੀ ਮਲਿਕ ਸਾਹਿਬ ਲਾਖੇ ਪੱਠੇ ਦੀ ਅੱਛਾ ਇਹ ਜਿਹੜਾ ਦੋਸਤੋ ਇਹ ਅਸੀਂ ਚੁੱਕੇ ਤੇ ਰਿਪੇਅਰ ਕਰ ਲੈਣਾ ਚੁੱਕੇ ਟਰੇ ਰਿਪੇਅਰ ਕਰ ਲੈਣਾ ਇੱਕ ਮਿੰਟ ਸਿਰਫ
ਬੜੀ ਰਿਲੇਟਡ ਮਾਦੀ ਜੀ। ਅੱਛਾ ਜੀ, ਉੱਥੇ ਰੱਖੋ ਨਾ, ਉੱਥੇ ਰੱਖੋ, ਉੱਥੇ ਰੱਖੋ। ਕਿਉਂਕਿ ਦੋਸਤ ਵੇਖਣਾ ਚਾਹੁੰਦੇ ਨੇ, ਅੱਖ ਦੇ ਜ਼ਰੇ ਵੇਖਣਾ ਚਾਹੁੰਦੇ ਨੇ, ਅੱਖ ਦੇ ਰਿੰਗ ਵੇਖਣੇ ਚਾਹੁੰਦੇ ਨੇ, ਪੁਤਲੀ ਵੇਖਣੇ ਚਾਹੁੰਦੇ ਨੇ ਕਿ ਆਇਆ ਪੁਤਲੀ ਠੀਕ ਹੈ ਜਾਂ ਪੁਤਲੀ 'ਚ ਕੋਈ ਨੁਕਸ ਹੈ, ਨੋਕ ਠੀਕ ਹੈ, ਨੋਕ ਦਾ ਐਂਗਲ ਵੇਖਣਾ ਚਾਹੁੰਦੇ ਨੇ। ਨਹੀਂ ਨਹੀਂ, ਬਹੁਤ ਹਰ ਚੀਜ਼ ਵਾਧਾ ਕਲੀਅਰ ਆ ਰਹੀ ਹੈ ਜੀ। ਉਮੀਦ ਹੈ ਦੋਸਤ ਜਿਹੜਾ ਨਾ ਬੜੇ ਅੱਛਾ ਸ਼ੌਕ ਕਰ ਰਹੇ ਹੋਣੇ ਨੇ। ਇਹ ਦੋਸਤੋ ਜਿਹੜਾ ਲੱਖਾ ਪੱਠਾ ਨੇ ਦਿਖਾਇਆ ਸੀ, ਮਾਦੀ ਦਾ ਪੱਠਾ, ਅਤੇ ਮਾਸ਼ਾਅੱਲਾ ਜਿਹੜਾ ਨਾ ਜੀ ਬੜਾ ਅੱਛਾ ਜੇਠ ਉਡਾਉਣ ਜੀ ਲਿਆ ਜੀ ਮਲਿਕ ਸਾਹਿਬ। ਬਿਲਕੁਲ ਬਸ ਫਿਰ ਉਮਰ ਤੁਹਾਨੂੰ ਪਤਾ ਤੇ ਫਿਰ ਹੁਣ ਤੁਹਾਡੇ ਦੁਆਰ ਨਾਲ ਹੁਣ ਫਿਰ ਝਟਕਾ ਵੀ ਐਸਾ ਜਿਹਾ ਲੱਗ ਗਿਆ। ਹਾਂ, ਐਕਸੀਡੈਂਟ ਤੁਹਾਡੇ ਉਸ ਵਜ੍ਹਾ ਤੋਂ ਥੋੜ੍ਹਾ ਮਸਲਾ ਹੋਇਆ, ਫਾਲੇ ਦਾ ਅਟੈਕ ਹੋ ਗਿਆ ਔਰ ਅੱਲਾ ਨੇ ਰਹਿਮਤ ਕਰ ਦਿੱਤੀ, ਬੰਦਾ ਅੱਧਾ ਹੋ ਜਾਂਦਾ ਹੈ। ਹਾਂ ਵੀ ਦੋਸਤੋ, ਸਾਰੇ ਦੋਸਤ ਦੁਆ ਵੀ ਕਰਿਓ ਕਿ ਮਲਿਕ ਸਾਹਿਬ ਨੂੰ ਫਾਲੇ ਦਾ ਅਟੈਕ ਹੋਇਆ ਸੀ, ਲੇਕਿਨ ਮਾਸ਼ਾਅੱਲਾ ਬਹੁਤ ਬਿਹਤਰ ਨੇ, ਇਹਨਾਂ ਦੀ ਸਿਹਤ ਅਸੀਂ ਵੀ ਦੁਆ ਕਰਨਾ ਲਾਜ਼ਮੀ ਤੌਰ 'ਤੇ ਜਿਹੜਾ ਜੀ ਮਲਿਕ ਸਾਹਿਬ ਉਹਦੀ ਬੜੀ ਕਰਮ ਨਵਾਜ਼ੀ ਹੈ ਜਿਹੜਾ ਜੀ ਮਲਿਕ ਸਾਹਿਬ ਬਿਠਾ ਕੇ ਇਹਦੀ ਕੀ ਤਾਰੀਫ ਹੈ ਜੀ। ਇਹ ਉਹ ਜਿਹੜਾ ਅੱਗੇ ਤੁਹਾਨੂੰ ਪੱਠਾ ਵਿਖਾਇਆ ਨਾ 35 ਵਾਲਾ ਜੀ ਜੀ, ਇਹ ਉਹਦੀ ਸੱਕੀ ਭੈਣ ਹੈ ਜੀ। ਅੱਛਾ, ਜ਼ਰਾ ਪਰ ਸ਼ਰਕਨ ਦਾ ਛੰਦਾ ਦੋਸਤਾਂ ਚੈੱਕ ਕਰਾਓ ਜ਼ਰਾ, ਇਹ ਜੋੜਾਂ 'ਚ ਪਾਈ ਹੋਈ ਇਹ ਇਹਦੀ ਉਹਦੇ ਬੇਟੇ ਇਹਦੀ ਟੀ ਵੀ ਹੈ ਜੀ। ਅੱਛਾ, ਇਸ ਜੋੜੇ ਦੀ ਟੀ ਵੀ ਹੈ, ਇਹ ਜੋੜਾ ਲਾਇਆ ਮਾਸ਼ਾਅੱਲਾ, ਇਹ ਬੱਚੇ ਬਣਦਾ ਪਿਆ ਸਹੀ ਹੈ। ਇਹਦੀ ਪੱਠੀ ਨਿਕਲੀ ਹੈ, ਮੈਂ ਪੱਠੀ ਅੱਖ ਦਿਖਾਓ ਜੀ ਦੋਸਤਾਂ ਨੂੰ, ਅੱਖ ਦਾ ਸ਼ੋਅ ਕਰਾਓ ਦੋਸਤਾਂ ਨੂੰ। ਦੇਖੋ ਵੱਟੇ ਆ ਗਲੀ ਜੀ, ਤਕਰੀਬਨ ਸਾਰੇ ਕਬੂਤਰਾਂ 'ਚੋਂ ਤੁਹਾਡੇ ਫੇਵਰੇਟ ਕਬੂਤਰ ਨੇ ਚਿੜੇ ਹੋ ਰਿਹਾ ਜਿਹੜੇ ਨੇ। ਹਾਂਜੀ, ਇਹ ਮੇਰੇ ਫੇਵਰੇਟ 35 ਵਾਲੇ ਚਿੜੇ ਜਿਹੜੇ ਨੇ। ਅੱਛਾ, ਅੱਗੇ ਤਾਂ ਮੈਂ ਇਹਨਾਂ ਕਬੂਤਰਾਂ ਦੇ ਤੁਹਾਡੇ ਕੋਲ ਰਿਜ਼ਲਟ ਆਏ ਨੇ? ਰਿਜ਼ਲਟ ਜੀ ਅੱਗੇ ਇਹਨਾਂ ਦੇ ਵਿੱਚੋਂ ਅਤੇ ਚਿੜਾਂ ਦਾ ਲੱਗਿਆ ਸੀ ਅਤੇ ਉਹ ਬਣਿਆ ਸੀ ਡੀਜ਼ਲ। ਅੱਛਾ, ਡੀਜ਼ਲ ਮੇਰੇ ਕੋਲ ਸ਼ਾਮੀ ਰਾਤੀ ਹਨੇਰੇ ਪੈ ਲਾਈਟਾਂ 'ਚ ਬਹਿੰਦਾ ਸੀ। ਮਤਲਬ ਤੁਹਾਡਾ ਜਿਹੜਾ ਇਹਨਾਂ 35 ਵਾਲੇ ਦਾ ਅਤੇ ਟੋਪੀਆਂ ਵਾਲੇ ਦਾ ਜਿਹੜਾ ਕਰਾਸ ਹੈ ਨਹੀਂ ਚਿੜੀਆਂ ਦਾ, ਅਤੇ ਇਹਨਾਂ ਦਾ ਕਰਾਸ ਪੈ ਕੇ ਬਣਿਆ ਡੀਜ਼ਲ। ਡੀਜ਼ਲ ਡੀਜ਼ਲ ਸ਼ਾਮ 6 ਵਜੇ ਤੱਕ ਸਰਗੋਧਾ ਦੇ ਟੈਂਪਰੇਚਰ 'ਚ ਬੈਠਾ ਜੀ। ਠੀਕ ਹੋ ਗਿਆ, ਲਿਆ ਆਪ ਧਰੋ, ਲਿਆ ਸ਼ੋਅ ਕਰਵਾ ਦੋਸਤਾਂ ਨੂੰ। ਜੀ ਮਲਿਕ ਸਾਹਿਬ ਪੱਠਾ ਵਿਖਾਇਆ ਚਿੱਟਾ ਜਾ ਮੋਤੀਆਂ ਵਾਲਾ ਪੱਠਾ ਨਹੀਂ, ਮਤਲਬ 35 ਵਾਲਾ ਜੋ ਦੋ ਭਰਾ ਨੇ ਜੀ 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 ਉੱਡਦੇ ਪੈਣੇ, ਇੱਕ ਤੁਹਾਨੂੰ ਦਿਖਾਇਆ, ਇੱਕ ਐਸੀ ਤਰ੍ਹਾਂ ਸੀ ਠੀਕ ਹੈ, ਫਾਇਦਾ ਉਹ ਨਹੀਂ ਦਿਖਾਇਆ ਗਿਆ। ਠੀਕ ਹੋ ਗਿਆ, ਉਹਨਾਂ ਦਾ ਵਾਲਦ ਜੀ ਠੀਕ ਹੋ ਗਿਆ, ਅਤੇ ਮਾਸ਼ਾਅੱਲਾ ਰਿਜ਼ਲਟ ਨੇ, ਬੱਚੇ ਵੀ ਨਹੀਂ ਗੁਮਾਉਂਦੇ, ਉਡਾਉਂਦੇ ਵੀ ਹੈ ਨੇ। ਅੱਛਾ, ਦੋ ਬੱਚੇ ਨੇ ਦਾਕੇ ਸਾਫ਼ ਕਰ ਗਏ ਹੋਏ ਨੇ, ਅਤੇ ਅੱਛਾ ਅੱਗੋਂ ਫਿਰ ਮੈਂ ਜੋੜਾ ਤੋੜੇ, ਇਹ ਮੈਂ ਹੁਣ ਫਿਰ ਦੁਬਾਰਾ ਜੋੜਾ ਤੁਸੀਂ ਫਿਰ ਜੋੜਾ ਲਾ ਜੀ। ਹੁਣ ਦੋਸਤਾਂ ਨੂੰ ਜ਼ਰਾ ਸ਼ੋਅ ਕਰੋ, ਮਲਿਕ ਸਾਹਿਬ ਇਹਨੂੰ ਇਸ ਤਰ੍ਹਾਂ ਲੱਭ ਰਿਹਾ ਜੀ, ਇਹਦੀ ਕੀ ਵਜ੍ਹਾ? ਇਹ ਲੱਭ ਰਿਹਾ, ਤੁਹਾਨੂੰ ਪਤਾ ਕਿਸੇ ਟਾਈਮ ਖਾਨਾ ਖੁੱਲ ਜਾਂਦਾ, ਇਹ ਅੱਗੇ ਮੈਂ ਜਿਸਲੇ ਇਹਨਾਂ ਨੂੰ ਜੋੜਿਆਂ ਤੋਂ ਤੋੜਿਆ ਸੀ ਨਾ ਜੀ, ਮੈਂ ਇਹਨਾਂ ਨੂੰ ਬਾਹਰ ਕੱਢ ਛੱਡੀ, ਬਾਹਰ ਫਿਰਦੇ ਰਹੇ ਸਨ, ਉੱਤੇ ਥੱਲੇ ਹੁੰਦੇ ਰਹਿੰਦੇ ਸਨ। ਅੱਛਾ, ਅਤੇ ਉਹ ਮੈਂ ਲੱਭ ਰਿਹਾ ਸੀ, ਮੈਂ ਕਿਹਾ ਜ਼ਿਆਦਾ ਪਰਵਾਹ ਨਾ ਕਰ ਜਾਣ ਜਾਂ ਉਹ ਨਿਕਲਣਾ। ਠੀਕ ਹੋ ਗਿਆ, ਦੇਖੋ ਜੀ ਸ਼ੌਂਕ ਕਰੋ, ਇਹ ਇਹਨਾਂ ਦੇ ਬਾਪ ਦਾਦਾ ਸਾਰੇ ਤੱਕ ਜੋ ਵਾਦੇ ਜੁੜਦੇ ਰਹੇ ਨੇ। ਅੱਛਾ,
ਮਤਲਬ ਇਹਨਾਂ ਦੇ ਅਬਾਓ ਅਜਦਾਦ ਤੁਹਾਡੇ ਕੋਲ ਉੱਡਦੇ ਰਹੇ ਨੇ ਬਾਜ਼ੀਆਂ ਦੇ ਵਿੱਚ, ਰਿਜ਼ਲਟ ਆਇਆ ਉਹਨਾਂ ਮਤਲਬ ਬਿਲਕੁਲ ਜੀ ਆ ਬਿਲਕੁਲ ਠੀਕ ਹੋ ਰੈਡ ਦਾ ਕਬੂਤਰ ਹੈ ਜੀ ਸਹੀ ਜਾਂ ਜਿਸਮ ਉਹ ਵੀ ਭਰਪੂਰ ਦਾ ਕਬੂਤਰ ਵੀ ਬੜਾ ਮਜ਼ਬੂਤ ਹੈ ਸਹੀ ਹੈ ਪੈਂਤੀਆਂ ਨਾਲ ਫਿਰ ਲਾਇਆ ਅਤੇ ਇਹਨੇ ਮਤਲਬ ਰੈਡ ਦਿੱਤਾ ਬੱਚਾ ਗੁਮਾਇਆ ਕੋਈ ਨਹੀਂ ਆਈ ਬਾਈ ਬੱਚਾ ਗੁੰਮਿਆ ਕੋਈ ਨਹੀਂ ਬੱਚਾ ਗੁੰਮ ਗਿਆ ਹੋਵੇ ਸਹੀ ਜਾਣਾ ਜਿਹੜਾ ਉਹ ਅਲੱਗ ਗੱਲ ਅੱਛਾ ਮਤਲਬ ਬੱਚਾ ਦਾ ਗੁੰਮਿਆ ਨਹੀਂ ਆ ਮੇਰੀ ਚੱਕੜ ਤੂਫਾਨ ਉੱਡਿਆ ਜਿੰਨਾ ਉੱਡਿਆ ਗਾਰੀ ਬੱਚਾ ਤੋਂ ਆਇਆ ਮੈਂ ਗਰੰਟੀ ਨੇ ਜਿੱਤੇ ਬੱਚਾ ਛੱਡ ਦੇਣਾ ਬੱਚਾ ਲੱਗਣਾ ਮਾਰ ਜੇ ਮੌਸਮ ਹੀ ਅਸਰ ਅੰਦਾਜ਼ ਨਹੀਂ ਹੁੰਦਾ ਇਹਨਾਂ 'ਤੇ ਹੋਰ ਕੋਈ ਮਲਿਕ ਸਾਹਿਬ ਸ਼ੌਕ ਦੋਸਤਾਂ ਨੂੰ ਕਰਾਉਣਾ ਚਾਹੋ ਤੇ ਅਸੀਂ ਨਾਲ ਨਾਲ ਤੁਹਾਡੇ ਪੋਤਿਆਂ ਦਾ ਵੀ ਸ਼ੌਕ ਵੇਖੀ ਜਾਈਏ ਨਾ ਤੁਹਾਡੇ ਪੋਤੇ ਕੀ ਕਰੀ ਜਾ ਰਹੇ ਨੇ ਗੁੱਡੇ ਤੇ ਗੁੱਡੇ ਪੇਚੇ ਤੇ ਪੇਚੇ ਲਾਈ ਜਾ ਰਹੇ ਨੇ ਮਲਿਕ ਸਾਹਿਬ ਹਾਂਜੀ ਮਲਿਕ ਸਾਹਿਬ ਵੀ ਟੈਡੀ ਕਬੂਤਰ ਫਿਰ ਕੱਢ ਲਿਆ ਜੀ ਕਿਧਰੋਂ ਮਲਿਕ ਸਾਹਿਬ ਇੰਨੇ ਗਿਫਟ ਤੁਹਾਨੂੰ ਕੌਣ ਦਿੰਦਾ ਟੈਡੀ ਖਰੀਦਿਆ ਜੀ ਇਹ ਕੋਈ ਬੰਦਾ ਖੁਫੀਆ ਅਦਾਕਾਰ ਹੈ ਫਨਕਾਰ ਹੈ ਜਿਹੜਾ ਤੁਹਾਨੂੰ ਨਾ ਗਿਫਟ ਕਰ ਰਿਹਾ ਜੀ ਇਹ ਦੋ ਭਰਾ ਨੇ ਸਕੇ ਅੱਛਾ ਜੀ ਇਹ ਦੋ ਭਰਾ ਨੇ ਅੱਗੇ ਮਾਜੀ ਤੁਹਾਨੂੰ ਇੱਕ ਦਿਖਾਈ ਸੀ ਜੀ ਜੀ ਠੀਕ ਹੈ ਅਤੇ ਤੁਹਾਨੂੰ ਦੱਸਿਆ ਇਹ ਸਲੇਟੀ ਵੀ ਕੱਢਦੇ ਨੇ ਜੌਸਰ ਵੀ ਕੱਢਦੇ ਨੇ ਸਲਾਰੇ ਵੀ ਕੱਢਦੇ ਨੇ ਅੱਛਾ ਇਹਨਾਂ ਬੜੀਆਂ ਵਰਾਇਟੀਆਂ ਨੇ ਇਹ ਜੋੜਦੇ ਜਿਹੜਾ ਸਹੀ ਇਹ ਵੀ ਮੇਰੇ ਦੋਸਤ ਨੇ ਇਹ ਖਰੀਦ ਕੇ ਮੇਰੇ ਨੂੰ ਭੇਜੇ ਸਨ ਜੀ ਤੁਹਾਡੇ ਦੋਸਤ ਨੇ ਖਰੀਦ ਕੇ ਭੇਜੇ ਨੇ ਜੀ ਜ਼ਰਾ ਜ਼ਰਾ ਸ਼ੌਕ ਕਰਾਓ ਜ਼ਰਾ ਅੱਗ ਦਾ ਸ਼ੌਕ ਕਰਾਓ ਜ਼ਰਾ ਦੋਸਤਾਂ ਨੂੰ ਪਹਿਲੇ ਤਾਂ ਵੈਸੇ ਹੀ ਸ਼ੌਕ ਕਰਾਓ ਨਾ ਇਸ ਤਰ੍ਹਾਂ ਦੋਸਤਾਂ ਨੂੰ ਤਾਂ ਕਿ ਪਤਾ ਲੱਗੇ ਦੋਸਤਾਂ ਨੂੰ ਵੀ ਯਾਰ ਇਹ ਕਬੂਤਰ ਜਿਹੜਾ ਨਾ ਜੀ ਦੇਖੋ ਮਲਿਕ ਸਾਹਿਬ ਯਕਦਮ ਹੀ ਡੈਡੀ ਕਰ ਲਿਆ ਜੀ ਡੈਡੀ ਨੂੰ ਅੱਗੋਂ ਵਧਾ ਕੇ ਜੀ ਕਰਾਸ ਪਾਉਣਾ ਕਿਉਂਕਿ ਇਹ ਅੱਜ ਕੱਲ੍ਹ ਕਹਿੰਦੇ ਟੈਡੀਆਂ ਦਾ ਜਿਹੜਾ ਨਾ ਟੈਡੀ ਦਾ ਟ੍ਰੈਂਡ ਚੱਲ ਰਿਹਾ ਟੈਡੀ ਦਾ ਜ਼ਿਆਦਾ ਟ੍ਰੈਂਡ ਮੈਂ ਮਤਲਬ ਤੁਹਾਡੇ ਨਜ਼ਦੀਕ ਟੈਡੀ ਕਬੂਤਰ ਬਹੁਤ ਅੱਛਾ ਹੈ ਬਹੁਤ ਅੱਛਾ ਜੀ ਕਿਉਂਕਿ ਮੇਰੇ ਕੋਲ ਥੋੜ੍ਹੀ ਜਿਹੀ ਰੈਡ ਦਿੱਤੀ ਵੈਸੇ ਅੱਛਾ ਜੀ ਇਹ ਮਲਿਕ ਸਾਹਿਬ ਦਾ ਜੀ ਬੜਾ ਫੇਵਰੇਟ ਮੋਸਟ ਫੇਵਰੇਟ ਬਲਕਿ ਡੈਡੀ ਕਬੂਤਰ ਹੈ ਜਨਾਬ ਇਹਦਾ ਇਹ ਦੋਸਤੋ ਇਹਦੀ ਜ਼ਰਾਕ ਦਾ ਸ਼ੌਕ ਕਰੋ ਇਹਦੇ ਬੱਚੇ ਸਲੈਟੀ ਵੀ ਕੱਢਦਾ ਜੀ ਠੀਕ ਹੈ ਜੌਸਰ ਵੀ ਕੱਢਦਾ ਤੁਹਾਨੂੰ ਦਿਖਾਇਆ ਜੌਸਰ ਹੈ ਸੀ ਅਤੇ ਇਹ ਪੱਠੇ ਨੇ ਹੁਣ ਆਪਣਾ ਲਖੈਰ ਕਰੇ ਜੇ ਸਹੀ ਅੱਗੋਂ ਇਨਸ਼ਾਅੱਲਾ ਸੋਚ ਕੰਮ ਦੇਣਗੇ ਸਹੀ ਹੋ ਗਿਆ ਉਹ ਮੈਂ ਕੱਟ ਕੇ ਛੱਡਿਆ ਸਹੀ ਹੋ ਗਿਆ ਮਤਲਬ ਤੁਸੀਂ ਇਸ ਬਰੀਡ ਨੂੰ ਕੱਟੀ ਵੀ ਜਾ ਰਹੇ ਹੋ ਬਿਲਕੁਲ ਉਡਾਉਂਦੇ ਵੀ ਪਏ ਉਡਾ ਰਹੇ ਅਤੇ ਕੱਟ ਲਏ ਅਤੇ ਉਡਾਉਣ 'ਚ ਕੀ ਰਿਜ਼ਲਟ ਆਇਆ ਕਿੰਨੇ ਵਜੇ ਤੱਕ ਉੱਡਿਆ ਦੇ ਦਿਓ ਇਹਦੀ ਨਸਲ ਜਿਹੜੀ ਬਸ ਇਨਸ਼ਾਅੱਲਾ ਅਸੀਂ ਤੁਹਾਨੂੰ ਅੱਗੋਂ ਅਗਲੀ ਇੰਟਰਵਿਊ 'ਚ ਸਾਰੇ ਨੂੰ ਰਿਜ਼ਲਟ ਦੇਵਾਂਗੇ ਕਿਉਂਕਿ ਤੁਹਾਨੂੰ ਪਤਾ ਹੁਣ ਸਾਰੇ ਟੋਟਲ ਜੋੜੇ ਨਵੇਂ ਲੱਗੇ ਕੁਛ ਅੰਦਰ ਰਿਜ਼ਲਟ ਲਏ ਅਤੇ ਕੁਛ ਅੰਦਰ ਰਿਜ਼ਲਟ ਹੋਣੀ ਹੈ ਹਾਂ ਅਸੀਂ ਬਾਬ ਤੂੰ ਇੱਕ ਆਪਣੀ ਮਰਜ਼ੀ ਦਾ ਲਾ ਕੇ ਦਿਖਾ ਵੀ ਜੋ ਤੇਰਾ ਫੇਵਰੇਟ ਕਬੂਤਰ ਆ ਤੂੰ ਉਹ ਲਾ ਕੇ ਦਿਖਾ ਜ਼ਰਾ ਮਾਸ਼ਾ ਜੀ ਇਹ ਹੈ ਕਿ ਅੱਲਾ ਖੈਰ ਕਰੇ ਫਿਰ ਨਵੇਂ ਸਿਰ ਸਟਾਰਟ ਹੋ ਜਾਂਦਾ ਤੁਹਾਨੂੰ ਪਤਾ ਕੋਈ ਵੀ ਖਿਲਾੜੀ ਇੱਕ ਦਫਾ ਇੱਕ ਗੇਮ 'ਚ ਆਊਟ ਹੋ ਜਾਵੇ ਨਾ ਜੀ ਦੁਬਾਰਾ ਇੰਟਰ ਹੋਣ ਵਾਸਤੇ ਅਸਲ ਤੁਹਾਡਾ ਐਕਸੀਡੈਂਟ ਤੁਹਾਨੂੰ ਜ਼ਰਾ ਸ਼ੌਕ ਤੋਂ ਦੂਰ ਲੈ ਗਿਆ ਸੀ ਥੋੜ੍ਹਾ ਜਿਹਾ ਵੀ ਪੀਰੀਅਡ ਆ ਗਿਆ ਉਹ ਕਿ 3 ਸਾਲ ਮੈਂ ਬਿਲਕੁਲ ਸ਼ੌਕ ਤੋਂ ਦੂਰ ਰਿਹਾ ਹਾਂ ਅਤੇ ਫਿਰ ਉਹ ਇੰਟਰ ਥੋੜ੍ਹੇ ਹੋਣ ਲੱਗਿਆ ਅਤੇ ਫਿਰ ਤੁਹਾਨੂੰ ਪਤਾ ਇਹ ਉਹ ਫਾਲਿਜ ਦਾ ਅਟੈਕ ਹੋ ਗਿਆ ਫਿਰ ਆਪਣਾ ਅੱਛਾ ਇਹ ਤੇਰੀ ਪਸੰਦ ਕਿਆ ਬਾਈ ਲਓ ਜੀ ਇਹ ਅਸੀਬ ਸਾਹਿਬ ਲਾਏ ਹਾਂ ਕਬੂਤਰ ਇਹ ਇਨਕੀ ਪਸੰਦ ਕਾ ਇਨਕਾ ਫੇਵਰੇਟ ਕਬੂਤਰ ਹੈ ਅਭੀ ਆਪਕੋ ਇਸਕਾ ਵੀ ਸ਼ੌਕ ਕਰਵਾਤੇ ਹੈ ਜੀ ਮਲਿਕ ਸਾਹਿਬ ਇਹਨੂੰ ਬਕਸੂਏ ਲਾਏ ਜੇ ਮਾਸ਼ਾਅੱਲਾ ਇਹ ਮੈਂ ਜੋੜਾ ਲਾਇਆ ਸੀ ਨਵਾਂ ਇਹਦੀ ਮਾਦਾ ਮਾਰ ਕੇ ਪਰ ਬੰਦੇ ਜੇ ਇਹ ਮੈਂ ਨਵਾਂ ਜੋੜਾ ਲਾਇਆ ਸੀ ਜੀ ਜੀ ਇਹਦਾ ਇਹਦੇ ਅੱਗੇ ਸੀ ਨਾ ਇੱਕ ਰਿਜ਼ਲਟ ਸੀ ਇਹਦਾ ਜਿਹੜੀ ਮਾਦੀ ਸੀ ਉਹ ਮਰ ਗਈ ਸੀ ਅੱਛਾ ਇਹ ਮੈਂ ਜਦੋਂ ਕਬੂਤਰ ਛੱਡੇ ਸਨ ਇਹਦਾ ਪੱਠਾ ਮੈਂ ਚੱਕ ਦਿੱਤਾ ਸੀ ਮੇਰਾ ਪੜਿਆ ਅੱਛਾ ਕੈਂਚੀ ਪਈ ਹੋਣੀ ਅਤੇ ਅੱਛਾ ਉਹ ਮੈਂ ਇਹਦਾ ਪੱਠਾ ਉਹਨੂੰ ਦਿੱਤਾ ਸੀ ਉਹਨੇ ਇਹਦਾ ਪੱਠਾ ਮਾਦੀਆਂ 'ਚ ਪਾਇਆ ਸੀ ਅੱਛਾ ਇਹ ਹੁਣ ਮਾਦੀ ਦੀ ਮਰ ਗਈ ਹੈ ਮੈਂ ਇਸਨੂੰ ਨਵੀਂ ਮਾਦੀ ਦਿੱਤੀ ਹੈ ਉਹ ਫਿਰ ਮੈਂ ਅਖਦਾ ਸ਼ੌਕ ਕਰਾਓ ਜ਼ਰਾ ਦੋਸਤਾਂ ਦੇ ਮਲਿਕ ਸਾਹਿਬ ਇਹਦਾ ਪੱਠਾ ਜਿਹੜਾ ਤੁਸੀਂ ਆਪਣੇ ਭਾਣਜੇ ਨੂੰ ਦਿੱਤਾ ਸੀ ਅਤੇ ਕੀ ਰਿਜ਼ਲਟ ਰਿਹਾ ਉਹਦਾ ਮਾਸ਼ਾਅੱਲਾ ਉਹਦੇ ਆਖਰੀ ਕਬੂਤਰ ਹੀ ਬਣਦਾ ਸੀ ਆਖਰੀ ਕਬੂਤਰਾਂ ਹੀ ਬਣਦਾ ਸੀ ਬਲਕਿ ਕਈ ਦਫਾ ਇਹ ਐਸੀ ਕਿ ਉਹ ਉਹੀ ਆਖਰੀ ਕਬੂਤਰ ਬਣਦਾ ਸੀ ਉਹੀ ਆਖਰੀ ਜਾਂ ਆਖਰੀਆਂ ਦੇ ਨਾਲ ਬਣਦਾ ਸੀ ਜਾਂ ਆਖਰੀ ਬਣਦਾ ਸੀ ਜੀ ਜ਼ਰਾ ਅਖਦਾ ਸ਼ੌਕ ਕਰਾਓ ਜੀ ਜੀ ਲਓ ਜੀ ਦੋਸਤੋ ਇਹ
ये हसीब का फेवरेट कबूतर है मलिक साहब के कबूतरों में से, और इनका माशाल्लाह काफ़ी रिजल्ट वाला कबूतर है। ये देखें दोस्तों, आँख का आखिरी दायरा, रिंग, ज़मीन, ज़रात, ये मलिक साहब तुसी और शौकीन दोस्तों से कुछ कहना चाहोगे? बस यही मैं तो सारा दोस्तों भरावों को यही कहना कि शौक जरा ना ये शौक प्यार मोहब्बत है। ठीक है, ये शौक न जिन्ना फैला सकते हो फैलाओ, और प्यार मोहब्बत न हर दोस्त बेली नाल, हर शौकीन मिजाज नाल बड़े प्यार मतलब है कि पेश आओ जी। अच्छा, और ये मतलब शौक जरा ना ये प्यार का शौक है, गुस्से वाला या ये कोई लड़ाई झगड़े वाला नहीं शौक है। ये तो देखो जी, तुम सौ बुराई तो पहुँचा है, सौ कहो एक तुम अपने घर ही बह के अपनी मसूलियत अटेंड कर, दूसरा तो शौक मतलब है कि चलता रहता है। और फिर मलिक साहब जी कुदरती वबा करोना है, वो वजह तो कि बाहर मतलब कि लोगों को जान भी नहीं देंगे, लोग जाने नहीं करें, महदूद ने, और इस टाइम एक बेहतरीन तफरी है उन्होंने शौकीन से दोस्तों से जिन्होंने इस चीज़ का शौक है। बिल्कुल, यानी कि तुम एक तो इस करोना तो बचते हो, दूजे है कि तुम अपने घर सेफ हो, नाले किसी की बुराई नहीं करनी, तुम किसी का कुछ नहीं करना, यह शौक है, शौक का किसी का गप मारनी, टेलीफोन करो जी, हाँ जी क्या हाल है, ठीक है, अल्लाह का ख्याल रखना जी। साढ़े एक और दोस्त लाइव होए ने जनाब सजाद असलम बड़ाए साहब ने, नहीं सॉरी सजाद असलम बड़ाए तो मणि बावल दी ने, एक और दोस्त और साढ़े ने ये नाल गाँव के ही आए ने, जर्मन तो लाइव होए ने नाल। अच्छा जी, तो जनाब मलिक साहब थोड़ा बहुत बहुत शुक्रिया, तुम जनाब सानू टाइम दिता, बहुत कीमती टाइम दिता, और सारे दोस्तों ने शौक करवाया। नैक्सट टाइम इंशाल्लाह जो थोड़े बाकी कबूतर आए हैं, जो थले थोड़े ब्रीडर कबूतर आए हैं, फिर जे थले टैडी गोल्डन कमगर तुम लाए ने जोड़े, फिर इंशाल्लाह नैक्सट टाइम जोड़ा है उन्होंने दोस्तों शो करवावे। साढ़े एक दोस्त ने सरगोधा के रहने वाले ने, जर्मन तो लाइव होए ने, इन्होंने बारे च कोई की कहना चाहोगे? साढ़े सरगोधा के शौकीन ने जर्मन च इन्होंने कबूतर रखे ने, ना मेरे जेन च नहीं आ रहा, वड़ैच ही नहीं याद, असलम वड़ाई असर ही इन्हों का नाम है कोई, बड़े अच्छे शौकीन ने लाहौर रोड ते इधर देने लाइव ने माशाल्लाह बड़े अच्छे शौकीन ने उत्थे जिहड़ा ना जिन्हां ने परिंदे रखे ने बड़े अच्छे, पिछे पाकिस्तान आए भी सन ते पता नहीं फिर मसरूफियत दी वजह तो उन्हां दी मेरी मुलाकात भी नहीं हो सकी, ये साढ़े बड़े अच्छे दोस्तां शुमार इन्हां दा जी। ठीक है दोस्तों, हुण तुहाडे कोल इजाजत लवांगे, अल्लाह हाफिज़।